ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਭ ਦਾ। ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਸ ਤਰ੍ਹਾਂ ਦੀ ਸੰਸਥਾ ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆਖਿਆ ਜਾਂਦਾ ਹੈ, ਔਰ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਬਣੀ। ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਨੂੰ ਜਿਹੜਾ ਚਲਾਉਣ ਦੇ ਵਾਸਤੇ, ਉਹਨੂੰ ਢਾਂਚੇ ਨੂੰ ਜਿਹੜਾ ਉਹ ਚਲਾਉਣ ਦੇ ਵਾਸਤੇ ਹੌਲੀ ਹੌਲੀ ਸਿਆਸਤ ਜਿਹੜੀ ਆ ਜੀ ਉਹਦੇ ਉੱਤੇ ਭਾਰੂ ਹੋਈ, ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਇੱਕ ਕਿਸਮ ਦੇ ਨਾਲ ਦੱਬ ਕੇ ਥੋੜ੍ਹਾ ਉਹ ਰਹਿ ਗਈ। ਜੋ ਉਹਦਾ ਰੋਲ ਸੀਗਾ ਉਹਨੇ ਸ਼ਾਇਦ ਪ੍ਰੋਪਰ ਜਿਹੜਾ ਜੀ ਉਹ ਨਿਭਾ ਨਹੀਂ ਸਕੀ। ਇਹ ਗੱਲ ਸਾਰੇ ਲੋਕ ਜਿਹੜਾ ਜੀ ਉਹ ਜਾਣਦੇ ਨੇ। ਸਮੇਂ ਸਮੇਂ ਦੇ ਉੱਤੇ ਇਹਦੇ ਸੰਬੰਧੀ ਕਈ ਕਿਸਮ ਦੇ ਵਿਵਾਦ ਜਿਹੜੇ ਜੀ ਉਹ ਪੈਦਾ ਹੁੰਦੇ ਰਹੇ। ਉਹਨਾਂ ਵਿਵਾਦਾਂ ਦੀ ਅਸਲੀਅਤ ਕੀ ਆ, ਪਿੱਛੇ ਕੀ ਆ, ਬਹੁਤੇ ਜਿਹੜੇ ਸੀ ਉਹ ਚੁੱਪ ਵੱਟੀ ਰੱਖੀ। ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਉਣ ਵਾਲੀ ਗੱਲ ਹੋਵੇ, ਵੱਖ ਵੱਖ ਤਖਤਾਂ ਦੇ ਜਥੇਦਾਰ ਲਾਉਣ ਵਾਲੀ ਜਿਹੜੀ ਦੀ ਉਹ ਗੱਲ ਹੋਵੇ, ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗੱਲ ਹੋਵੇ। ਮੁਲਾਜ਼ਮਾਂ ਵਾਲਾ ਵਿਸ਼ਾ ਵੀ ਪਿਛਲੇ ਦਿਨਾਂ ਤੋਂ ਬੜਾ ਜਿਹੜਾ ਉਹ ਭਖਦਾ ਰਿਹਾ, ਕਿੰਨੇ ਰੱਖੇ ਗਏ, ਕਿੰਨੇ ਕੱਢੇ ਗਏ। ਇੱਕ ਸਾਬਕਾ ਪ੍ਰਧਾਨ ਸਾਹਿਬ ਕਹਿੰਦੇ ਕਿ ਮੈਨੂੰ ਟਾਰਗੇਟ ਕੀਤਾ ਗਿਆ ਕਿ ਜਿਹੜੇ ਮੈਂ ਰੱਖੇ ਸੀ ਉਹ ਜਿਹੜੇ ਕੱਢ ਦਿੱਤੇ, ਜਿਹੜੇ ਮੌਜੂਦਾ ਨੇ ਉਹ ਕਹਿੰਦੇ ਨਹੀਂ ਉਹ ਗਲਤ ਤਰੀਕੇ ਨਾਲ ਰੱਖੇ ਗਏ ਸੀਗੇ। ਅਦਾਲਤਾਂ ਤੱਕ ਗੱਲਾਂ ਜਿਹੜੀਆਂ ਦੀ ਉਹ ਚਲੇ ਗਈਆਂ। ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਦੇ ਉੱਤੇ ਬੇਅਦਬੀ ਹੋਣੀ, ਬਰਗਾੜੀ ਵਰਗਾ ਕਾਂਡ ਜਿਹੜਾ ਜੀ ਉਹ ਵਾਪਰ ਜਾਣਾ, ਜਾਂ ਫਿਰ ਜਿਹੜਾ ਸਰਸੇ ਵਾਲਾ ਸੀ ਉਹਨੂੰ ਮੁਆਫ਼ੀ ਦੇ ਦੇਣੀ, ਉਹ ਫਿਰ ਵਾਪਸ ਲੈ ਲੈਣੀ, ਇੰਨਾ ਕੁਛ ਜਿਹੜਾ ਪਿਛਲੇ ਕੁਛ ਸਾਲਾਂ ਦੇ ਦੌਰਾਨ ਚੱਲਦਾ ਰਿਹਾ ਕਿ ਇਹਦੇ ਉੱਤੇ ਕੁਛ ਕਿੰਤੂ ਪਰੰਤੂ ਜਿਹੜੇ ਸੀ ਉਹ ਹੋਣੇ ਸ਼ੁਰੂ ਹੋ ਗਏ। ਕਿੰਤੂ ਪਰੰਤੂ ਵੀ ਐਡੇ ਹੋਏ ਕਿ ਵੱਡੇ ਕੁਐਸਚਨ ਮਾਰਕ ਲੱਗ ਗਏ। ਹੁਣ ਤੁਸੀਂ ਜੇ ਕੁਛ ਵੀ ਗੱਲ ਸੋਸ਼ਲ ਮੀਡੀਆ ਦੀ ਤੁਸੀਂ ਕਰ ਲਓ ਜਾਂ ਉਂਝ ਕਰ ਲਓ, ਕੋਈ ਲਿਖਦਾ ਹੈ, ਕੋਈ ਬੋਲਦਾ, ਤਾਂ ਉਹਦੇ ਜਿਹੜੇ ਕਮੈਂਟ ਨੇ ਨਾ ਥੱਲੇ ਜੇ ਤੁਸੀਂ ਦੇਖਣਾ ਤਾਂ ਉਹ ਤਕਰੀਬਨ ਨੈਗੇਟਿਵ ਆਉਂਦੇ ਨੇ ਇਹਦੇ ਸੰਬੰਧ ਦੇ ਵਿੱਚ ਵੀ ਉੱਥੇ ਕੁਛ ਨਹੀਂ ਹੋਣਾ, ਉੱਥੇ ਕੁਛ ਨਹੀਂ ਕੀਤਾ ਜਾ ਸਕਦਾ। ਇੰਨੀ ਨਿਰਾਸ਼ਾ ਜਿਹੜੀ ਆ ਉਹ ਲੋਕਾਂ ਦੇ ਵਿੱਚ ਜਾਂ ਭਾਈਚਾਰੇ ਦੇ ਵਿੱਚ ਤੁਸੀਂ ਕਹਿ ਲਓ ਕਿ ਇਸ ਸੰਬੰਧੀ ਜਿਹੜੀ ਉਹ ਫੈਲੀ ਹੋਈ ਆ। ਔਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਨੇ, ਆਮ ਚੋਣਾਂ ਜਿਹੜੀਆਂ, ਉਹਦੇ ਵਿੱਚ ਕਿਸ ਤਰੀਕੇ ਦੀ ਸਿਆਸਤ ਹੁੰਦੀ ਆ ਉਹਦੇ ਤੋਂ ਕੋਈ ਵੀ ਮੇਰਾ ਖਿਆਲ ਅਣਭਿੱਜ ਨਹੀਂ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਨਾਮ ਜਿਹੜਾ ਜੀ ਉਹ ਚਰਚਿਤ ਰਿਹਾ, ਉਹ ਚੀਫ ਸੈਕਟਰੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਉਹਨਾਂ ਨੇ ਉੱਥੇ ਕੀ ਦੇਖਿਆ, ਉਹਨਾਂ ਦੇ ਅਹੁਦੇ ਨੂੰ ਲੈ ਕੇ ਬੜਾ ਵਾਦ ਵਿਵਾਦ ਜਿਹੜਾ ਸੀਗਾ ਜੀ ਉਹ ਚੱਲਦਾ ਰਿਹਾ। ਉਹਨਾਂ ਦੀ ਇੱਕ ਹਾਈ ਜਿਹੜੀ ਤਨਖਾਹ ਸੀਗੀ ਬਹੁਤ ਜ਼ਿਆਦਾ, ਉਹਨੂੰ ਲੈ ਕੇ ਬੜਾ ਵਾਦ ਵਿਵਾਦ ਜਿਹੜਾ ਜੀ ਉਹ ਚੱਲਦਾ ਰਿਹਾ। ਇਹ ਵਾਦ ਵਿਵਾਦ ਇੱਥੇ ਤਨਖਾਹ ਦੇ ਦੁਆਲੇ ਹੀ ਤਕਰੀਬਨ ਜਿਹੜਾ ਸੀਗਾ ਜੀ ਉਹ ਘੁੰਮਦਾ ਰਿਹਾ, ਇਹ ਜਾਣੇ ਤੋਂ ਬਿਨਾਂ ਕਿ ਉਹਦੇ ਪਿੱਛੇ ਅਸਲੀਅਤ ਕੀ ਸੀ, ਉਹਦੇ ਵਿੱਚ ਉਹਨਾਂ ਨੂੰ ਕਿਉਂ ਜਿਹੜਾ ਜੀ ਇਸ ਅਹੁਦੇ ਦੇ ਉੱਤੇ ਲਿਆਂਦਾ ਗਿਆ, ਕੀ ਰੀਜ਼ਨ ਸੀਗਾ ਕਿ ਇੱਕ ਅਹੁਦਾ ਜਿਹੜਾ ਉਚੇਚੇ ਤੌਰ ਦੇ ਉੱਤੇ ਕ੍ਰੀਏਟ ਕੀਤਾ ਗਿਆ ਪਰ ਉਹ ਚੁੱਪ ਕੀਤਿਆਂ ਸਾਈਡ ਤੋਂ ਜਿਹੜਾ ਜੀ ਉਹ ਹੋ ਕੇ ਨਿਕਲ ਗਏ। ਮੇਰੀ ਮੁਰਾਦ ਸਰਦਾਰ ਹਰਚੰਦ ਸਿੰਘ ਜੀ ਤੋਂ ਆ, ਅੱਜ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ। ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਮਿਹਰਬਾਨੀ ਤੁਹਾਡੀ ਜੀ। ਪੰਨੂ ਸਾਹਿਬ, ਮੈਂ ਸਭ ਤੋਂ, ਕਿਉਂਕਿ ਤੁਹਾਡਾ ਨਾਮ ਤਾਂ ਤਕਰੀਬਨ ਸਾਰੇ ਹੀ ਜਾਣਦੇ ਆ ਇਸ ਵੇਲੇ, ਮੈਂ ਜਿਵੇਂ ਕਿਹਾ ਕਿ ਐਡਾ ਵਾਦ ਵਾਦ ਜਿਹੜਾ ਜੀ ਉਹ ਛੱਡਿਆ, ਚੱਲੀ ਗਿਆ ਬਸ ਉੱਥੇ ਹੀ ਆਲੇ ਦੁਆਲੇ ਘੁੰਮੀ ਗਿਆ, ਫਿਰ ਤੁਸੀਂ ਸਾਈਡ ਲਾਈਨ ਹੋ ਗਿਆ, ਆਪਾਂ ਇੱਧਰ ਨੂੰ ਬਾਅਦ 'ਚ ਗੱਲਾਂ ਬਾਤਾਂ ਕਰਦੇ ਹਾਂ। ਮੈਂ ਹਰਚੰਦ ਸਿੰਘ ਜੀ ਦੇ ਬਾਰੇ ਜਾਣਨਾ ਚਾਹੁੰਦਾ ਜੀ, ਤੁਹਾਡਾ ਪਿਛੋਕੜ, ਕਿਉਂਕਿ ਲੋਕਾਂ ਨੂੰ ਤਾਂ ਇਉਂ ਲੱਗਿਆ ਕਿ ਮੇਰਾ ਖਿਆਲ ਇੱਕਦਮ ਹੀ ਆ ਕੇ ਇੱਕ ਚੀਫ ਸੈਕਟਰੀ ਜਿਹੜਾ ਸੀ ਉਹ ਲਾ ਦਿੱਤਾ ਗਿਆ, ਉਦੋਂ ਪਹਿਲਾਂ ਕਿਸੇ ਨੇ ਬਹੁਤ ਜ਼ਿਆਦਾ ਖਾਸ ਤੌਰ ਦੇ ਉੱਤੇ ਸਿੱਖ ਸਫਾਂ ਦੇ ਵਿੱਚ ਜ਼ਿਆਦਾ ਨਾਮ ਇਹ ਸੁਣਿਆ ਨਹੀਂ ਸੀਗਾ, ਤੁਹਾਡੇ ਪਿਛੋਕੜ ਦੇ ਬਾਰੇ ਮੈਂ ਕੁਝ ਜਾਣਨਾ ਚਾਹੁੰਦਾ ਜੀ। ਪੰਨੂ ਸਾਹਿਬ, ਗੱਲ ਇਹ ਹੈ ਕਿ ਮੈਂ ਨਾ ਐਮ ਏ LLB ਸੀ ਜੀ, ਜਦੋਂ ਮੈਂ ਪੰਜਾਬ ਐਂਡ ਸਿੰਧ ਬੈਂਕ ਜੁਆਇਨ ਕੀਤਾ ਐਜ਼ ਐਨ ਆਫਿਸਰ ਜੀ ਜੀ, ਅਤੇ ਮੈਂ  1996 ਦੇ ਵਿੱਚ ਜਨਰਲ ਮੈਨੇਜਰ ਬਣ ਗਿਆ ਉੱਥੇ, ਅਤੇ 3.5 ਸਾਲ ਮੈਂ ਉੱਥੇ ਜਨਰਲ ਮੈਨੇਜਰ ਰਿਹਾ, ਅਤੇ ਮੇਰੀ ਨੌਕਰੀ ਅਜੇ 4.5 ਸਾਲ ਰਹਿੰਦੀ ਸੀ, ਅਤੇ ਮੈਂ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਵਿੱਚ ਚਲਾ ਗਿਆ ਜੀ, ਉਹਨਾਂ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਡਾਇਰੈਕਟਰ ਇੰਡੀਅਨ ਐਕਸਪ੍ਰੈਸ ਅਖਬਾਰ ਗਰੁੱਪ ਦੇ ਵਿੱਚ ਸੀ। ਬਹੁਤ ਵੱਡਾ ਗਰੁੱਪ, 3-4 ਬਹੁਤ ਵੱਡਾ ਗਰੁੱਪ ਹੈ, ਉਹਨਾਂ ਦੀਆਂ 5-6 ਅਖਬਾਰਾਂ ਨੇ, ਮੈਗਜ਼ੀਨ ਨੇ। ਮੈਂ ਉੱਥੇ ਜੀ 15 ਸਾਲ ਰਿਹਾ, 31 ਸਾਲ ਮੈਂ ਬੈਂਕਿੰਗ ਨੌਕਰੀ ਕੀਤੀ, ਮੇਰੀ ਲਾਸਟ ਪੋਸਟਿੰਗ ਸੀ ਜਨਰਲ ਮੈਨੇਜਰ ਕ੍ਰੈਡਿਟ। ਅੱਛਾ ਜੀ। ਅਤੇ ਉਸ ਤੋਂ ਬਾਅਦ ਵੇਖੋ ਕਿ 45,000 ਕਰੋੜ ਦਾ ਪੋਰਟਫੋਲੀਓ ਸੀ ਜਨਰਲ ਮੈਨੇਜਰ ਕ੍ਰੈਡਿਟ ਕੋਲ, ਇਕੱਲੇ ਕੋਲ ਲੈਂਡਿੰਗ ਦਾ। 15 ਸਾਲ ਰਿਹਾ ਮੈਂ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਵਿੱਚ, ਅਤੇ ਇੰਡੀਅਨ ਐਕਸਪ੍ਰੈਸ ਗਰੁੱਪ ਦੀ ਗੱਲ ਤਾਂ ਚਲੋ ਹੈ ਤਾਂ ਭਾਗਾਂ ਦੀ ਗੱਲ ਹੈ ਜੀ, ਸਾਡਾ ਗਰੁੱਪ ਬੜਾ ਲਾਸ ਵਿੱਚ ਸੀ, ਅਤੇ ਜਦੋਂ ਅਸੀਂ ਛੱਡ ਕੇ ਆਇਆ ਅਤੇ ਸਾਡੇ ਕੋਲ ਪੈਸੇ ਸਾਂਭੇ ਨਹੀਂ ਸੀ ਜਾਂਦੇ ਜੀ, ਸਾਡੇ ਕੋਲ 100-100 ਕਰੋੜ ਰੁਪਇਆ ਡਿਪੋਜ਼ਿਟ ਪਿਆ ਸੀ ਸਾਡੇ ਕੋਲ ਜੀ। ਸੋ ਅਸੀਂ ਵੀ ਬਹੁਤ ਚੰਗਾ ਕੰਮ ਕੀਤਾ ਉੱਥੇ ਸਾਰਿਆਂ ਦੇ ਰਲ ਮਿਲ ਕੇ, ਹੁੰਦਾ ਤਾਂ ਸਾਂਝਾ ਹੀ ਕੰਮ ਹੈ। ਜਦੋਂ ਇੰਡੀਅਨ ਐਕਸਪ੍ਰੈਸ ਗਰੁੱਪ ਵਿੱਚ ਸੀ ਤਾਂ ਮੈਨੂੰ ਕੁਝ ਅਕਾਲੀ ਲੀਡਰਾਂ ਨੇ, ਮੈਂ ਨਾਂ ਤਾਂ ਨਹੀਂ ਲੈਣਾ, ਉਹਨਾਂ ਮੈਨੂੰ ਕਿਹਾ ਵੀ ਤੁਸੀਂ ਬਹੁਤ ਚਿਰ ਨੌਕਰੀ ਕਰ ਲਈ ਹੈ, ਤੁਹਾਡੀ ਸੋਚ ਪੰਥਕ ਹੈ, ਤੁਹਾਡੇ ਆਰਟੀਕਲ ਵੀ ਆਉਂਦੇ ਨੇ, ਅਤੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੜ੍ਹੇ ਲਿਖਾ ਬੰਦਾ ਕੋਈ ਚਾਹੀਦਾ। ਅੱਛਾ ਜੀ। ਅਤੇ ਤੁਸੀਂ ਬਸ ਕਰਕੇ ਆ ਜਾਓ ਹੁਣ ਉੱਥੇ। ਸੋ ਜੀ, ਮੈਂ ਪੰਨੂ ਸਾਹਿਬ ਰਿਜ਼ਾਈਨ ਕਰ ਦਿੱਤਾ ਜੀ ਇੰਡੀਅਨ ਐਕਸਪ੍ਰੈਸ ਗਰੁੱਪ ਤੋਂ,
ਅਤੇ ਮੈਂ ਅਗਸਤ 2015 ਦੇ ਵਿੱਚ ਸ਼੍ਰੋਮਣੀ ਕਮੇਟੀ ਉਹ ਕਹਿਣ ਲੱਗੇ ਜੀ ਅਸੀਂ ਤੁਹਾਨੂੰ ਚੀਫ ਸੈਕਟਰੀ ਲਾਵਾਂਗੇ, ਸਾਡੇ ਕੋਲ ਤਾਂ ਸੈਕਟਰੀ ਹੈਗੇ ਅਤੇ ਸਾਡੇ ਸੈਕਟਰੀ ਇੱਕ ਹੀ ਸੈਕਟਰੀ ਸਾਡਾ MA ਹੈਗਾ ਅਤੇ ਬਾਕੀ ਤਾਂ ਸਾਰੇ ਗ੍ਰੈਜੂਏਟ ਜਾਂ ਮੈਟ੍ਰਿਕ ਹੀ ਹੈਗੇ ਸਾਡੇ, ਇਹ ਪੜ੍ਹੇ ਲਿਖੇ ਬੰਦਿਆਂ ਦੀ ਸੋਚ ਹੋਣੀ ਚਾਹੀਦੀ ਹੈ ਅਤੇ ਇਸ ਕਰਕੇ ਤੁਸੀਂ ਉੱਥੇ ਆ ਜਾਓ ਜੀ। ਅਤੇ ਉਹਨਾਂ ਨੇ ਚੀਫ ਸੈਕਟਰੀ ਦਾ ਆਪ ਹੀ ਮੈਨੂੰ ਆਫਰ ਕੀਤਾ। ਜਦੋਂ ਸੇਵਾ ਵਾਲੇ ਤੁਹਾਡੇ ਮਨ 'ਚ ਗੱਲ ਹੋਵੇ ਇੱਕ ਸਿੱਖ ਸੰਸਥਾ ਵਿੱਚ ਤਾਂ ਫਿਰ ਉਹਦੇ ਉਹਦੀ ਕਿਹੜੀ ਗੱਲ, ਜਦੋਂ ਤੁਸੀਂ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਡਾਇਰੈਕਟਰ ਰਹੇ ਹੋ ਤਾਂ ਉਸ ਤੋਂ ਬਾਅਦ ਇੱਕ ਸ਼੍ਰੋਮਣੀ ਕਮੇਟੀ ਦੀ ਸਕੱਤਰੀ ਜਾਂ ਮੁੱਖ ਸਕੱਤਰੀ ਜੇ ਕੋਈ ਅਹੁਦੇ ਵਾਈਜ਼ ਵੇਖੀ ਤਾਂ ਕੋਈ ਐਡੀ ਗੱਲ ਤਾਂ ਕੋਈ ਹੈ ਨਹੀਂ ਸੀਗੀ। ਅਤੇ ਤੁਸੀਂ ਇੱਕ ਹੁਣ ਇੰਟਰੋਡਿਊਸ ਕਰਾਉਣ ਲੱਗੇ ਇੱਕ ਗੱਲ ਆਖੀ ਹੈ ਜੀ, ਮੈਨੂੰ ਕਹੋ ਤਾਂ ਮੈਂ ਜਵਾਬ ਦਾ ਹੁਣੇ ਦੇ ਦੇਵਾਂ। ਬਿਲਕੁਲ ਜੀ ਬਿਲਕੁਲ। ਤੁਸੀਂ ਕਿਹਾ ਵੀ ਬੜਾ ਵਾਦ ਵਿਵਾਦ ਚੱਲਦਾ ਰਿਹਾ ਤਨਖਾਹ ਦੇ ਉੱਤੇ, ਇਹ ਵਿਵਾਦ ਵਾਦ ਮੈਂ ਵੀ ਬੜਾ ਪੜ੍ਹਦਾ ਰਿਹਾ ਜੀ ਉੱਥੇ। ਇੱਕ ਵਾਰੀ ਇੱਕ ਪ੍ਰੈਸ ਕਾਨਫਰੰਸ ਮੇਰੇ ਸਾਹਮਣੇ ਸਰ ਅਵਤਾਰ ਸਿੰਘ ਮੱਕੜ ਨੂੰ ਕਿਸੇ ਨੇ ਪੁੱਛ ਲਿਆ 3 ਲੱਖ ਰੁਪਏ, ਤਾਂ ਉਹਨਾਂ ਕਿਹਾ ਜੀ ਸਾਨੂੰ ਤਾਂ ਬੰਦਾ ਕੰਪੀਟੈਂਟ ਚਾਹੀਦਾ ਹੈ, ਲਾਇਕ ਚਾਹੀਦਾ ਹੈ, ਉਹ ਜਵਾਬ ਨਾ ਦੇ ਸਕੇ ਅਤੇ ਮੈਂ ਵੀ ਜਵਾਬ ਦੇਣਾ ਠੀਕ ਨਹੀਂ ਸਮਝਿਆ। ਔਰ ਮੈਂ ਕਿਸੇ ਅਖਬਾਰ ਨੂੰ ਕਿਸੇ TV ਚੈਨਲ ਨੂੰ ਕੋਈ ਇੰਟਰਵਿਊ ਨਹੀਂ ਦਿੱਤੀ ਇਸ ਵਿਵਾਦ ਵਿਵਾਦ ਬਾਰੇ। ਮੈਂ ਕਿਹਾ ਕਿਹੜੀ ਗੱਲ ਹੈਗੀ, ਤੁਹਾਨੂੰ ਮੈਂ ਇੱਕੋ ਹੀ ਗੱਲ ਦੱਸ ਦਿੰਦਾ ਇਸ ਵਾਦ ਵਿਵਾਦ ਬਾਰੇ ਕਿ ਜਿਸ ਦਿਨ ਮੈਂ ਇੰਡੀਅਨ ਐਕਸਪ੍ਰੈਸ ਛੱਡੀ ਹੈ ਤਾਂ ਮੇਰੀ 8 ਲੱਖ ਤਨਖਾਹ ਸੀ ਜੀ। ਅੱਛਾ ਜੀ। ਅਤੇ 33 ਲੱਖ ਸਾਲ ਦਾ ਮੈਂ ਇਨਕਮ ਟੈਕਸ ਦਿੰਦਾ ਸੀ ਜੀ। ਅੱਛਾ ਜੀ। ਅਤੇ ਹੁਣ ਤੁਸੀਂ ਸੋਚ ਲਓ ਜੋ 33 ਲੱਖ ਇਨਕਮ ਟੈਕਸ ਦੇਵੇ ਤਾਂ 2.5 ਲੱਖ ਰੁਪਏ ਮਹੀਨਾ ਤਾਂ ਉਹਦਾ ਇਨਕਮ ਟੈਕਸ ਬਣਦਾ ਜੀ ਬੰਦੇ ਦਾ। ਉਹਨਾਂ ਕਿਹਾ ਸੀ ਤੁਹਾਨੂੰ 3 ਲੱਖ ਤਨਖਾਹ ਦੇਣੀ ਹੈ। ਮੈਂ ਕਿਹਾ ਜਿਵੇਂ ਤੁਹਾਡੀ ਮਰਜ਼ੀ ਹੈ, ਮੈਂ ਤਾਂ ਇਹ ਵੀ ਨਹੀਂ ਆਖਿਆ ਵੀ 3.25-3 ਲੱਖ ਕਰ ਦਿਓ, ਮੈਂ ਤਾਂ ਇਹ ਵੀ ਨਹੀਂ ਆਖਿਆ ਉਹਨਾਂ ਨੂੰ। ਪਹਿਲੇ ਦਿਨ ਤੋਂ ਜੀ ਮੈਂ ਜੋ ਤਨਖਾਹ ਲਈ ਤਾਂ ਸਾਡਾ ਉੱਥੇ ਕੈਂਸਰ ਫੰਡ ਹੈ ਜੀ ਉੱਥੇ, ਅਤੇ ਮੈਂ 50,000 ਰੁਪਇਆ ਪਹਿਲੇ ਦਿਨ ਲਿਖ ਕੇ ਦਿੱਤਾ ਕਿ ਮੇਰਾ ਕੈਂਸਰ ਫੰਡ ਕੱਢ ਦਿਆ ਕਰੋ। ਸਾਲ ਬਾਅਦ ਮੈਂ ਉਹਨਾਂ ਨੂੰ ਕਹਿ ਛੱਡਿਆ ਨਹੀਂ, ਮੇਰੀ ਸੈਲਰੀ ਰਿਡਿਊਸ ਕਰਕੇ ਤਾਂ ਤੁਸੀਂ 1 ਲੱਖ ਰੁਪਏ 'ਤੇ ਲਿਆ। ਉਹਨਾਂ ਨੇ ਰੈਜੋਲਿਊਸ਼ਨ ਪਾਇਆ ਅਪਰੀਸੀਏਸ਼ਨ ਦਾ, ਤਾਂ ਸੈਲਰੀ ਮੈਂ 1 ਲੱਖ ਰੁਪਏ ਲੈ ਰਿਹਾ ਸੀ, ਜਦੋਂ ਕਿ ਸਾਡੇ ਸੈਕਟਰੀ ਤਨਖਾਹ ਇਸ ਤੋਂ ਵੀ ਵੱਧ ਲੈ ਰਹੇ ਸੀਗੇ। ਮੈਂ ਮਹਿਸੂਸ ਕਰਦਾ ਸੀ ਕਿ ਮੈਨੂੰ ਕੋਈ ਪੈਸੇ ਦੀ ਲੋੜ ਹੈ ਨਹੀਂਗੀ, ਮੈਂ ਇੰਨੀ ਤਨਖਾਹ ਲੈ ਚੁੱਕਾ, ਛੋਟਾ ਜਿਹਾ ਮੇਰਾ ਪਰਿਵਾਰ ਹੈ, ਇੱਕ ਮੇਰੀ ਬੇਟੀ ਹੈ, ਅਤੇ ਮੈਂ ਪੈਸੇ ਤੋਂ ਕਰਨਾ ਕੀ ਹੈ, ਉਮਰ ਮੇਰੀ ਹੋ ਗਈ ਹੈ 73 ਸਾਲ ਉਸ ਵੇਲੇ ਜੀ, ਕੀ ਕਰਨਾ ਪੈਸਿਆਂ ਤੋਂ ਜੀ, ਹੋਰ ਬੰਦੇ 5-7 ਸਾਲ ਤਾਂ ਜੀਣਾ ਹੁੰਦਾ ਜੀ, ਅਤੇ ਪੈਸੇ ਨਾਲ ਲੈ ਕੇ ਜਾਣਾ ਕਿਤੇ। ਸੋ ਇਹ ਵਾਦ ਵਿਵਾਦ ਜਿਹੜਾ ਹੋਇਆ ਇਹ ਲੋਕਾਂ ਦੀ ਮੈਂ ਸਮਝਦਾ ਬੇਸਮਝੀ ਸੀ, ਅਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਬੰਦੇ ਸਮੇਤ ਪ੍ਰਧਾਨ ਦੇ ਉਹਨਾਂ ਨੇ ਇਸ ਗੱਲ ਦੀ ਕਲੈਰੀਫਿਕੇਸ਼ਨ ਬੜੀ ਡਟ ਕੇ ਦੇਣੀ ਚਾਹੀਦੀ ਸੀ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਮੈਂ ਕਿਹਾ ਉਹਨਾਂ ਕਿਉਂ ਨਹੀਂ ਦਿੱਤੀ, ਹੁਣ ਉਹ ਵੀ ਗੱਲ ਪੁੱਛ ਲਓ। ਇਸ ਕਰਕੇ ਕਿ ਉਹ ਵੀ ਨਹੀਂ ਸੀ ਜੀ ਚਾਹੁੰਦੇ ਕਿ ਕੋਈ ਬੰਦਾ ਬਾਹਰਲਾ ਆ ਜਾਵੇ ਜਾਂ ਕੋਈ ਬੰਦਾ ਪੜ੍ਹਿਆ ਲਿਖਿਆ ਹੋਵੇ। ਚੰਗਾ ਤੁਸੀਂ ਕਹਿ ਛੱਡਿਆ, ਮੈਂ ਨਾ ਹੀ ਕਹਿੰਦਾ ਤਾਂ ਠੀਕ ਸੀ। ਗੱਲ ਇਹ ਸੀ ਕਿ ਉਹਨਾਂ ਨੇ ਇਸ ਗੱਲ ਨੂੰ ਆਪ ਹੀ ਇਸ ਗੱਲ ਦਾ ਖੰਡਨ ਕਰਨਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਕੀਤਾ। ਅਤੇ ਤੁਸੀਂ ਕਹੋਗੇ ਤੁਸੀਂ ਕਿਉਂ ਨਹੀਂ ਕੀਤਾ, ਮੈਂ ਲੋੜ ਹੀ ਨਹੀਂ ਸਮਝੀ, ਮੈਂ ਕੀ ਕਰਨਾ ਸੀ ਜੀ, ਮੈਂ ਜਿਸ ਕੰਮ ਲਈ ਆਇਆ ਸੀ ਮੈਂ ਉਸ ਕੰਮ 'ਤੇ ਹੀ ਲੱਗਾ ਰਿਹਾ ਆਪਣੇ 'ਤੇ ਜੀ, ਵੀ ਮੈਂ ਵੇਖਦਾ ਇਹਨੇ ਅੰਦਰ ਵੜ ਕੇ ਵੇਖੀਏ ਹੈ ਕਿ ਕਿੰਨਾ ਕੁ ਮੈਂ ਸੁਧਾਰ ਆਪਣੇ ਪੀਰੀਅਡ 'ਚ, ਇਹਨਾਂ ਦੀ ਅਪੋਜੀਸ਼ਨ ਵੀ ਨਾ ਹੋਵੇ, ਇਹਨਾਂ ਦੀ ਮੁਖਾਲਫਤ ਵੀ ਨਾ ਹੋਵੇ, ਅਤੇ ਮੇਰਾ ਕੰਮ ਵੀ ਚੱਲਦਾ ਰਹੇ ਅਤੇ ਮੈਂ ਠੀਕ ਵੀ ਕਰ ਸਕਾਂ ਜੀ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕੀ ਕੰਮ ਕੀਤਾ, ਇਹ ਇਸ਼ੂ ਬਹੁਤ ਵੱਡਾ ਹੈਗਾ, ਜੇ ਫਿਰ ਸ਼੍ਰੋਮਣੀ ਕਮੇਟੀ ਦੀ ਵਰਕਿੰਗ 'ਤੇ ਆ ਜਾਈਏ, ਇਹ ਤਾਂ ਇਟਸੈਲਫ ਆਪਣੇ ਆਪ 'ਚ 2.5 ਘੰਟੇ ਦੀ ਡਿਬੇਟ ਹੈ ਜੀ। ਚਲੋ ਆਪਾਂ ਉਸ ਇਸ਼ੂ 'ਤੇ ਕਾਹਨੂੰ ਜਾਣਾ, ਆਪਾਂ ਹੋਰ ਬੜੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਨੇ। ਸੋ ਮੇਰਾ ਮਤਲਬ ਉਸ ਸਮੇਂ ਦੌਰਾਨ ਮੈਂ 2 ਸਾਲ 'ਚ ਰਿਹਾ, ਜਿੰਨਾ ਮੈਥੋਂ ਹੋ ਸਕਿਆ, ਜਿੰਨਾ ਸੰਭਵ ਹੋ ਸਕਿਆ, ਸੁਚੱਜੇ ਤਰੀਕੇ ਨਾਲ ਜੀ ਇਹਨਾਂ ਦੀ ਪਰਚੇਜ਼ 'ਚ ਖਾਸ ਕਰਕੇ, ਇਹਨਾਂ ਦੀ ਐਡਮਿਨਿਸਟ੍ਰੇਸ਼ਨ 'ਚ ਖਾਸ ਕਰਕੇ, ਜਿੰਨਾ ਕੁ ਮੇਰੇ ਕੋਲ ਉਸ ਸਮੇਂ 'ਚ ਹੋ ਸਕਿਆ ਮੈਂ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਂ ਕਾਮਯਾਬ ਵੀ ਹੋਇਆ। ਤੀਜੀ ਗੱਲ, ਤੁਸੀਂ ਸਮਝੋ ਕਿ ਫਿਰ ਤੁਸੀਂ 2 ਸਾਲ ਦੇ ਵਿੱਚ ਫਿਰ ਛੱਡ ਕੇ ਕਿਉਂ ਆ ਗਏ ਜੀ? ਜਦੋਂ ਤੁਸੀਂ ਮਹਿਸੂਸ ਕੀਤਾ ਕਿ ਜਿਹੜੀ ਤੁਹਾਡੀ ਗੱਲ ਜਿਸ ਲਾਈਨ 'ਚ ਤੁਸੀਂ ਚੱਲਣਾ ਚਾਹੁੰਦੇ ਹੋ ਇਹ ਨਹੀਂ ਬਣਨ ਦਿੰਦੇ ਪਏ ਲੋਕ, ਤੁਸੀਂ 1, 2, 4, 5 ਵਾਰੀ ਇਹਨਾਂ ਦੇ ਲੀਡਰਾਂ ਨੂੰ ਸਮਝਾਇਆ ਵੀ ਦੇਖੋ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੁੰਦਾ ਹੁੰਦਾ, ਅਤੇ ਮੈਂ ਇੱਥੇ ਕੀ ਕਰਨਾ ਆ ਚੰਗੀ ਭਲੀ ਨੌਕਰੀ ਛੱਡ ਕੇ ਜੀ? ਮੈਨੂੰ ਨੌਕਰੀ ਦਾ ਕੋਈ ਗਮ ਨਹੀਂ ਸੀ, ਮੈਂ ਖੁਸ਼ ਬੜਾ ਸਾਂ ਜੀ ਉੱਥੇ ਅੰਮ੍ਰਿਤਸਰੀ। ਤਾਂ ਮੈਂ ਦੱਸਾਂ ਕਿਉਂ, ਵੀ ਦਰਬਾਰ ਸਾਹਿਬ ਸੜਕ ਪਾਰ ਕਰਨ ਅਸੀਂ ਦਰਬਾਰ ਸਾਹਿਬ ਮੱਥਾ ਰੋਜ਼ ਟੇਕਣ ਚਲੇ ਜਾਂਦੇ ਸੀ, ਅਤੇ ਹਰ ਸਿੱਖ ਦੀ ਆਸਥਾ ਤਾਂ ਹੁੰਦੀ ਹੈ ਨਾ ਮੈਂ ਗੁਰਦੁਆਰਾ ਸਾਹਿਬ ਦੇ ਮਹਾਰਾਜ ਦੇ ਦਰਸ਼ਨ ਕਰਕੇ ਆਵਾਂ ਜੀ। ਸੋ ਮੈਂ ਇਸ ਗੱਲੋਂ ਤਾਂ ਬੜਾ ਖੁਸ਼ ਸੀਗਾ ਜੀ, ਪਰ ਮੈਂ ਸੋਚਿਆ ਵੀ ਜਦੋਂ ਮੇਰੀ ਯੂਜ਼ਫੁਲਨੈਸ ਜਾਂ ਮੇਰੀ ਗੱਲ ਇੱਥੇ ਨਹੀਂ ਹੁਣ ਬਣ ਸਕਦੀ ਪਈ ਮੇਰੇ ਹਿਸਾਬ ਨਾਲ, ਤਾਂ ਇਹ ਚੰਗਾ ਹੈ ਕਿ ਅੰਗਰੇਜ਼ੀ 'ਚ ਕਹਿੰਦਾ ਇਟਸ ਬੈਟਰ ਟੂ ਕੁਇਟ, ਇਹ ਚੰਗਾ ਤਰੀਕਾ ਕਿ ਹੁਣ ਛੱਡ ਕੇ ਆ ਜਾਵੇ ਬੰਦਾ। ਨਾਲੇ ਜੀ ਮੈਂ ਇੱਕ ਆਪਣੀ ਕਿਤਾਬ ਲਿਖ ਰਿਹਾ ਸਾਂ, ਅਤੇ ਉਸ ਕਿਤਾਬ ਵਾਸਤੇ ਉਸ ਪਾਸੇ ਵੀ ਆਉਂਦੇ, ਮੈਂ ਉਹ ਕਿਤਾਬ ਦੇ ਬਾਰੇ ਟਾਈਮ ਉਸ 'ਤੇ ਵੀ ਲਾਉਣਾ ਸੀ ਜੀ, ਮੈਂ ਗੱਲ ਉਹੀ ਕਰਦਾ ਫਿਰ ਮੈਂ ਉਸ ਪਾਸ ਮੈਂ ਉਸ 'ਤੇ ਵੀ ਟਾਈਮ ਲਾਉਣਾ ਸੀ। ਸੋ ਮੈਂ ਸੋਚਿਆ ਇਸ ਕਰਕੇ ਆਰਾਮ ਨਾਲ ਆ ਜਾਈਏ, ਅਤੇ ਅਖੀਰਲੀ ਗੱਲ ਪੰਨੂ ਸਾਹਿਬ ਇਹ ਵੀ ਮਨ 'ਚ ਆ ਗਈ ਵੀ 73 ਸਾਲ ਦੇ ਤਾਂ ਹੋ ਗਿਆ, ਹੋਰ ਕਿੰਨਾ ਚਿਰ ਨੌਕਰੀ ਕਰੀ ਜਾਣੀ, ਐਡੀ ਕੀ ਗੱਲ ਹੈਗੀ ਹੈ, ਗੁਰੂ ਘਰ ਦੀ ਸੇਵਾ 'ਚ ਸੇਵਾ ਜਿੱਥੇ ਮਰਜ਼ੀ ਕਰ ਲਓ, ਸੇਵਾ ਤਾਂ ਮੈਂ ਇੱਥੇ ਹੀ ਕਰੀ ਜਾਂਦਾ ਜਿਹੜੀ ਮੇਰੇ ਕੋਲ ਹੁੰਦੀ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਇੰਟਰੋਡਕਸ਼ਨ 'ਚ ਗਿਆ, ਸਿੱਖਾਂ ਦੀ ਇਹ ਮਿੰਨੀ ਪਾਰਲੀਮੈਂਟ ਆਖੀ ਜਾਂਦੀ ਹੈ, ਬਹੁਤ ਵੱਡੀਆਂ ਉਹਦੇ ਸਿਰ ਦੇ ਉੱਤੇ
ਇੰਨੀ ਕੰਟਰੋਵਰਸੀ ਉਹਦੇ ਬਾਰੇ ਦੇ ਵਿੱਚ ਕਿਉਂ ਅੱਜ ਕੱਲ੍ਹ ਜਿਹੜੀ ਇਹਦੀ ਉਹ ਰਹਿੰਦੀ ਆ ਕਿ ਜਿਹਦਾ ਵੈਸੇ ਬਹੁਤਾ ਜਵਾਬ ਤਾਂ ਤੁਸੀਂ ਅਸਿੱਧੇ ਤਰੀਕੇ ਨਾਲ ਦੇ ਗਏ, ਜਿਹੜਾ ਤੁਸੀਂ ਮੈਨੂੰ ਕਿਹਾ ਕਿ ਮੈਂ ਉਹ ਗੱਲ ਕਹਿਤੀ ਕਿ ਉੱਥੇ ਬਹੁਤੇ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਤੋਂ ਕੰਟਰੋਲ ਨਹੀਂ ਹੁੰਦਾ, ਜਾਂ ਇਹ ਕੰਟਰੋਵਰਸੀ ਜਿਹੜੀ ਆ ਉਹ ਸਹੀ ਨਹੀਂ ਹੈ। ਦੇਖੋ ਦੋ ਤਿੰਨ ਗੱਲਾਂ ਨੇ ਜੀ। ਇਹ ਸਿੱਖ ਪੰਥ ਦੇ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਐਕਸਪੈਕਟੇਸ਼ਨ ਹੈ ਔਰ ਬੜੀ ਜਾਇਜ਼ ਹੈ, ਕਿਉਂਕਿ ਮੇਰੀ ਗੱਲ ਦੁਨੀਆਂ ਭਰ 'ਚ ਬੈਠੇ ਸਿੱਖਾਂ ਤੋਂ, ਔਰ ਇਹ ਕੋਈ ਪੰਜਾਬ ਦੇ ਕਿਸੇ ਅਕਾਲੀ ਪਾਰਟੀ ਜਾਂ ਸਿੱਖ ਪਾਰਟੀ ਦੀ ਰਿਪ੍ਰੈਜੈਂਟੇਟਿਵ ਬਾਡੀ ਨਹੀਂ, ਇਹ ਸਿੱਖ ਕੌਮ ਦੀ ਰਿਪ੍ਰੈਜੈਂਟੇਟਿਵ ਬਾਡੀ ਹੈ। ਜੇ ਮੇਰੇ ਤੋਂ ਪੁੱਛੋ ਤਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੁਤਬਾ ਬਹੁਤ ਵੱਡਾ ਰੁਤਬਾ ਹੈ, ਪਰ ਬਦਕਿਸਮਤੀ ਇਹ ਹੈ ਕਿ ਇਹ ਸਾਰਾ ਕੁਝ ਸਿਆਸਤ ਦੀ ਛੋਟੀ ਮੋਰੀ 'ਚੋਂ ਨਿਕਲਦਾ। ਚਲੋ ਉਹ ਵੀ ਕੋਈ ਗੱਲ ਨਹੀਂ, ਜਦੋਂ ਇੱਕ ਬੰਦਾ ਇਸ ਉੱਚ ਅਹੁਦੇ 'ਤੇ ਪਹੁੰਚ ਜਾਂਦਾ ਹੈ ਜਾਂ ਇਸ ਸੰਸਥਾ ਦਾ ਮੁਖੀ ਬਣ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਭ ਪਾਸਿਓਂ ਪਾਸੇ ਆਉਣਾ ਚਾਹੀਦਾ, ਔਰ ਉਹ ਕੋਈ ਕਿਸੇ ਹੋਰ ਦਾ ਅਸਰ ਰਸੂਖ ਨੂੰ ਕਬੂਲਣਾ ਵੀ ਨਹੀਂ ਚਾਹੀਦਾ, ਜਿਹੜੇ ਕਿਉਂਕਿ ਅਹੁਦੇ ਦੀ ਮਰਿਆਦਾ ਜਿਹੜੀ ਮਰਿਆਦੇ ਦੀ ਹੈ। ਬਦਕਿਸਮਤੀ ਇਹ ਹੈ ਕਿ ਜਿਹੜੇ ਸਾਡੇ ਤਖਤਾਂ ਦੇ ਪੰਜ ਸਿੰਘ ਸਾਹਿਬਾਨ ਨਿਯੁਕਤ ਕੀਤੇ ਜਾਂਦੇ ਨੇ, ਰਾਧਾ ਅਸੀਂ ਤਿੰਨ ਹੀ ਕਰਦੇ ਹਾਂ, ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਵੱਖਰੇ ਬੋਰਡ ਹੈਗੇ ਨੇ, ਇਹ ਜਿਹੜੇ ਨਿਯੁਕਤ ਕੀਤੇ ਜਾਂਦੇ ਨੇ ਕੋਈ ਗੱਲ ਨਹੀਂ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਕਰਦੀ ਹੈ। ਚਲੋ ਉਹ ਵੀ ਕੋਈ ਗੱਲ, ਮੈਂ ਸਮਝਦਾ ਕਿ ਜਿਹੜੇ ਸਿੰਘ ਸਾਹਿਬਾਨ ਨਿਯੁਕਤ ਕੀਤੇ ਜਾਂਦੇ ਨੇ ਉਹਨਾਂ ਦਾ ਕਿਰਦਾਰ ਵੀ ਜਿਸਦਾ ਗੁਰਦਿਆਲ ਸਿੰਘ ਅਜਨੋਹੇ ਵਰਗਾ ਹੋਣਾ ਚਾਹੀਦਾ, ਜਿਸਦਾ ਅੱਛਰ ਸਿੰਘ ਵਰਗਾ ਹੋਣਾ ਚਾਹੀਦਾ, ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਵਰਗੇ ਬੰਦਿਆਂ ਨੂੰ ਸੰਤ ਫਤਿਹ ਸਿੰਘ ਵਰਗੇ ਨੂੰ ਲਾਈਨ 'ਚ ਲਾ ਕੇ ਅਤੇ ਬਿਠਾ ਕੇ ਸਾਰੇ ਐਗਜ਼ੈਕਟਿਵ। ਇੱਥੋਂ ਹੀ ਦੇਖੋ ਮੇਰੀ ਗੱਲ ਸੁਣੋ, ਆਪਾਂ ਇੱਥੋਂ ਦੁਬਾਰਾ ਸਟਾਰਟ ਕਰਦੇ ਹਾਂ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਹੈ। ਹਰਚਰਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜੀ, ਉਹ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਬਹੁਤਾ ਕੁਛ ਜਿਹੜੇ ਬਹੁਤੇ ਸਵਾਲ ਨੇ ਜਿਹੜੇ ਮੈਂ ਕਰਨੇ ਸੀਗੇ ਉਹ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਬਹੁਤੇ ਜਿਹੜੇ ਜੀ ਉਹ ਜਵਾਬ ਦੇ ਦਿੱਤੇ, ਤੋ ਇਹ ਥੋੜ੍ਹਾ ਬੈਟਰ ਹੋ ਗਿਆ, ਇਸ ਪੱਖੋਂ ਬੈਟਰ ਹੋ ਗਿਆ ਕਿ ਆਪਾਂ ਹੁਣ ਜਿਹੜੇ ਡਾਇਰੈਕਟ ਹੈ ਉਹ ਉਸ ਪਾਸੇ ਵੱਲੋਂ ਚੱਲਾਂਗੇ, ਜਿਹੜੀਆਂ ਮੈਂ ਕੁਛ ਗੱਲਾਂ ਉਹਨਾਂ ਤੋਂ ਜਾਣਨੀਆਂ ਚਾਹੁੰਦਾ ਐਜ਼ ਏ ਕਿਉਂਕਿ ਇੰਟਲੈਕਚੁਅਲ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚੋਂ ਆਉਂਦੇ ਨੇ, ਉਹ ਕੁਛ ਉਹ ਚੀਜ਼ਾਂ ਜਿਹੜੀਆਂ ਜਾਣਦੇ ਨੇ ਜਿਨ੍ਹਾਂ ਦਾ ਜ਼ਿਕਰ ਜਿਹੜਾ ਬਹੁਤ ਘੱਟ ਹੁੰਦਾ। ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਫਾਇਰ ਲਾਈਨ ਦੇ ਵਿੱਚ। ਅੱਜ ਸਾਡੇ ਨਾਲ ਮਹਿਮਾਨ ਮੌਜੂਦ ਨੇ ਜੀ ਹਰਚੰਦ ਸਿੰਘ ਜੀ, ਜਿਹੜੇ ਕਿ ਚੀਫ ਸੈਕਟਰੀ ਨੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜਦੋਂ ਉਹ ਆਏ ਉਹਨਾਂ ਦਾ ਇਹ ਜਿਹੜਾ ਸੀਗਾ ਜੀ ਕਾਰਜਕਾਲ ਰਿਹਾ ਉਹਦੇ ਦੌਰਾਨ ਲਗਾਤਾਰ ਜਿਹੜੀਆਂ ਕੁਛ ਕੰਟਰੋਵਰਸੀ ਸੀਗੀਆਂ ਜੀ ਉਹ ਚੱਲਦੀਆਂ ਰਹੀਆਂ, ਬੜਾ ਕੁਛ ਚੱਲਦਾ ਰਿਹਾ। ਇਹ ਵੀ ਗੱਲ ਸੁਣਨ ਨੂੰ ਮਿਲੀ ਕਿ ਉਹ ਇੱਕ ਪਰਿਵਾਰ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਉਹ ਐਕਚੁਲੀ ਉਹਦੇ ਐਡਵਾਈਜ਼ਰ ਨੇ, ਉਹ ਤਾਂ ਇੱਧਰੋਂ ਤਨਖਾਹ ਜਿਹੜੀ ਜੀ ਉਹ ਦਵਾਉਣੀ ਸੀ ਤਾਂ ਕਰਕੇ ਉੱਤੇ ਲੈ ਕੇ ਆਏ। ਮੈਂ ਇਦੋਂ ਪਹਿਲਾਂ ਕਿ ਅਗਲਾ ਸਵਾਲ ਕਰਾਂ, ਮੈਂ ਸਰ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਮੈਂ ਕੋਈ ਐਡਵਾਈਜ਼ਰ ਨਹੀਂ ਸੀ। ਨਹੀਂ, ਮੈਂ ਤਾਂ ਉਹ ਕਿਹਾ ਕਿ ਅਫਵਾਹਾਂ ਚੱਲਦੀਆਂ ਰਹੀਆਂ ਇਸ ਤਰ੍ਹਾਂ ਦੀਆਂ, ਤੁਸੀਂ ਕੋਈ ਉਹਦੇ ਪਰਿਵਾਰ ਦੇ ਐਡਵਾਈਜ਼ਰ ਨਹੀਂ ਸੀਗੇ ਕਿਉਂਕਿ ਵੱਡਾ ਅਦਾਰਾ ਤੁਸੀਂ ਇੱਕ ਛੱਡ ਕੇ ਆਏ ਸੀ, ਆਫਟਰ ਆਲ ਤੁਸੀਂ ਉੱਥੇ ਆਪਣੀ ਕੁਆਲੀਫਿਕੇਸ਼ਨ ਦੇ ਆਧਾਰ ਦਿੱਤੇ ਗਏ ਹੋਵੋਗੇ, ਕੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਇਸ ਤਰ੍ਹਾਂ ਸਾਹਿਬ, ਮੈਂ ਜਦੋਂ ਬੈਂਕ ਜੁਆਇਨ ਕੀਤਾ ਤਾਂ ਮੈਂ MA LLB ਸੀਗਾ ਜੀ, ਉਸ ਤੋਂ ਬਾਅਦ ਮੈਂ CA IAB ਕੀਤੀ, ਫਿਰ ਬਸ ਪੋਸਟ ਗ੍ਰੈਜੂਏਟ ਡਿਗਰੀ ਮੈਨੇਜਮੈਂਟ ਆਫ ਪਬਲਿਕ ਇੰਟਰਪ੍ਰਾਈਜ਼ ਕੀਤੀ, ਔਰ ਹੈ ਤਾਂ ਮੇਰੀ ਨਿੱਜੀ ਗੱਲ, ਮੈਂ BA ਵਿੱਚ ਹੀ ਪੰਜਾਬ ਯੂਨੀਵਰਸਿਟੀ ਦਾ ਡਿਸਟਿੰਕਸ਼ਨ ਹੋਲਡਰ ਸੀ ਜੀ ਇਕਨੋਮਿਕਸ ਵਿੱਚ ਜੀ, LLB ਡਿਸਟਿੰਕਸ਼ਨ ਹੋਲਡਰ ਰਿਹਾ ਜੀ, ਮੈਂ CIB 'ਚ ਵੀ ਮੈਂ ਅਕਾਊਂਟਸ ਦਾ ਡਿਸਟਿੰਕਸ਼ਨ ਹੋਲਡਰ ਰਿਹਾ, ਅਤੇ ਪੋਸਟ ਗ੍ਰੈਜੂਏਟ ਡਿਗਰੀ ਦੇ ਵਿੱਚ ਵੀ ਮੈਂ ਡਿਸਟਿੰਕਸ਼ਨ ਸੀ ਮੇਰਾ ਜੀ। ਸਰ ਮੇਰੀ ਕੁਆਲੀਫਿਕੇਸ਼ਨ ਸੀ MA LLB CIAB PGD MPA, ਇਹ ਮੇਰੀ ਕੁਆਲੀਫਿਕੇਸ਼ਨ ਸੀ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਗਿਆ ਜਾਂ ਬੈਂਕ 'ਚ, ਦੋ ਕੁਆਲੀਫਿਕੇਸ਼ਨ ਤਾਂ ਬਾਅਦ 'ਚ ਕੀਤੀਆਂ ਨੇ, ਸੋ ਇਹ ਮੇਰੀ ਕੁਆਲੀਫਿਕੇਸ਼ਨ ਸੀ ਜੀ ਉਸ ਵੇਲੇ ਜੀ। ਮੈਂ ਸਰ ਤੁਹਾਡੇ ਤੋਂ ਇਹ ਜਿਹੜਾ ਜੀ ਉਹ ਜਾਣਨਾ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੁਸੀਂ ਆ ਕੇ ਜੁੜ ਗਏ, ਤੁਹਾਨੂੰ ਇਹ ਲੱਗਿਆ ਕਿ ਇੱਥੇ ਜਿਹੜੀ ਉਹ ਜ਼ਰੂਰਤ ਹੈ ਕੁਛ ਜਿਹੜੀਆਂ ਉਹ ਚੀਜ਼ਾਂ ਦੀ, ਕੀ ਤੁਸੀਂ ਸਮਝਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਿਵਾਏ ਚੜਾਵਾ ਗਿਣਨ ਤੋਂ ਜਾਂ ਜਿਹੜੇ ਸਾਡੇ ਇਹ ਹਿਸਟੋਰਿਕ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਤੋਂ ਬਿਨਾਂ ਸਿੱਖੀ ਪ੍ਰਤੀ ਉਹਦੀ ਪ੍ਰਫੁੱਲਤਾ ਦੇ ਵਾਸਤੇ ਨਵੀਂ ਜਨਰੇਸ਼ਨ ਜਿਹੜੀ ਨਵੀਂ ਪੌਦ ਹੈ ਉਹਨੂੰ ਅੱਗੇ ਕਿਵੇਂ ਇਸ ਪਾਸੇ ਵੱਲ ਜੋੜਨਾ, ਇਹਦੇ ਪ੍ਰਤੀ ਵੀ ਉਹਦੀ ਕੋਈ ਜ਼ਿੰਮੇਵਾਰੀ ਹੈਗੀ ਹੈ? ਦੇਖੋ ਗੱਲ ਹੈ ਜੀ ਕਿ ਜਦੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਦੇ ਅਧੀਨ ਆਪਣੀ ਹੋਂਦ 'ਚ ਆਈ 1925 ਦੇ ਵਿੱਚ, ਅਤੇ ਬਾਅਦ ਵਿੱਚ ਥੋੜ੍ਹੀ ਥੋੜ੍ਹੀ ਅਮੈਂਡਮੈਂਟਾਂ ਹੁੰਦੀਆਂ, ਤਾਂ ਬੇਸਿਕ ਸਾਡਾ ਪਰਪਸ ਕੀ ਸੀਗਾ? ਪਹਿਲਾ ਪ੍ਰਚਾਰ, ਫਿਰ ਪ੍ਰਸਾਰ, ਐਜੂਕੇਸ਼ਨ ਸੰਸਥਾਵਾਂ ਜੋ ਤੁਹਾਡੀਆਂ ਬਣੀਆਂ ਹੋਈਆਂ ਤਾਂ ਉਹਨਾਂ ਦੀ ਸੇਵਾ ਸੰਭਾਲ, ਅਤੇ ਸਿੱਖੀ ਨੂੰ ਸੰਭਾਲਣਾ, ਇਹ ਚਾਰ ਗੱਲਾਂ ਸੀ ਸਾਡੇ ਕੋਲ ਬੇਸਿਕਲੀ ਜੀ। ਸਵਾਲ ਹੈ ਇਹਦੇ 'ਚ ਆਪਾਂ ਕਿੰਨੇ ਕਾਮਯਾਬ ਹੋਏ ਅਤੇ ਕਿੰਨੇ ਕਾਮਯਾਬ ਨਾ, ਅਸਲ ਦਾ ਸਵਾਲ ਇਹ ਹੈ ਜਿਹੜੀ ਕੌਮ ਦੁਨੀਆ ਦਾ ਹਰ ਸਿੱਖ ਬੈਠਾ ਸਾਡੇ ਕੋਲ ਪੁੱਛਦਾ। ਦੇਖੋ ਮੈਂ ਤਾਂ ਗੱਲ ਦੱਸਾਂ ਜੀ, ਇਹ ਮੇਰੇ ਆਪਣੇ ਜ਼ਾਤੀ ਵਿਚਾਰ ਨੇ ਅਤੇ ਮੈਨੂੰ ਇੱਕ ਮਿੰਟ ਟਾਈਮ ਦਿਆ ਜੀ ਇਸ ਗੱਲ ਦੇ ਉੱਤੇ।
ਜਿੱਥੋਂ ਤੱਕ ਤਾਂ ਸਿੱਖੀ ਦੇ ਪ੍ਰਚਾਰ ਦਾ ਸਵਾਲ ਹੈ, ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਉਹ ਪ੍ਰਚਾਰ ਪ੍ਰਵਾਨ ਹੋਇਆ ਕਿ ਨਹੀਂ ਹੋਇਆ, ਉਹ ਦੂਜੀ ਬੜੀ ਵੱਡੀ ਗੱਲ ਹੈ। ਉਹ ਪ੍ਰਵਾਨ ਕਿਉਂ ਨਹੀਂ ਹੋਇਆ, ਹੁਣ ਅਗਲਾ ਉਹ ਸਵਾਲ ਤੇ ਆਇਆ, ਪਰ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਹੈ ਜੀ। ਜੀ ਜੀ ਜੀ, ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮਾਂ ਬਾਪ ਦਾ ਬੜਾ ਵੱਡਾ ਰੋਲ ਹੈ ਜੀ ਪ੍ਰਚਾਰ ਦੇ ਵਿੱਚ ਵੀ। ਇਹ ਸਾਰਾ ਬੱਚੇ ਨੂੰ ਮਾਂ ਹੀ ਸਿਖਾਉਂਦੀ ਹੈ, ਬੱਚੇ ਨੂੰ ਬਾਪ ਹੀ ਸਿਖਾਉਂਦਾ ਹੈ, ਮਾਂ ਹੀ ਸਾਖੀਆਂ ਸੁਣਾਉਂਦੀ ਹੈ ਸਿੱਖ ਗੁਰੂ ਸਾਹਿਬਾਨਾਂ ਦੀਆਂ, ਮਾਂ ਹੀ ਦੱਸਦੀ ਉਹਨਾਂ ਨੂੰ ਵੀਰ ਰਸ ਦੀਆਂ ਗੱਲਾਂ, ਮਾਂ ਉਹਨਾਂ ਨੂੰ ਸਿੱਖੀ ਦੱਸਦੀ ਹੈ, ਮਾਂ ਉਹਨਾਂ ਨੂੰ ਗੁਰਦੁਆਰੇ ਜਾਣਾ ਦੱਸਦੀ ਹੁੰਦੀ ਹੈ। ਸਾਡੇ ਤਾਂ ਸੱਚ ਪੁੱਛਿਆ ਜੇ ਸ਼ੁਰੂ ਆਤ ਹੀ ਉੱਥੋਂ ਮਾੜੀ ਹੋ ਰਹੀ ਹੈ ਅੱਜ ਕੱਲ੍ਹ, ਕਿਉਂਕਿ ਪੈਸਾ ਲੋਕਾਂ ਕੋਲ ਹੋ ਗਿਆ, ਲੋਕਾਂ ਨੂੰ ਸਿੱਖੀ ਪ੍ਰਤੀ ਗੱਲ ਹੀ ਕੋਈ ਨਹੀਂ ਹੈਗੀ। ਤੁਸੀਂ ਕਿਸੇ ਬੱਚੇ ਸਕੂਲਾਂ ਜਾਂਦੇ ਨੇ, ਕ੍ਰਿਸਚਨ ਸਕੂਲਾਂ 'ਚ, ਉਹ ਇੰਨਾ ਨਹੀਂ ਕਰਦੇ ਨੇ ਹਰ ਵੇਲੇ, ਤੁਸੀਂ ਪਤਾ ਗੁਰਦੁਆਰੇ ਦੇ ਸਾਹਮਣੇ ਵੀ ਇਹ ਸ਼ੁਰੂ ਹੋ ਗਿਆ ਜੀ। ਹੋ ਗਿਆ ਇਹ ਬਿਲਕੁਲ ਨਾ, ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕੀਤਾ ਪਰ ਉਹ ਪ੍ਰਚਾਰ ਪ੍ਰਵਾਨ ਨਹੀਂ ਹੋਇਆ, ਕਿਉਂ? ਪਹਿਲੀ ਗੱਲ ਤਾਂ ਸਾਡੇ ਜਿਹੜੇ ਪ੍ਰਚਾਰਕ ਨੇ, ਮਾਫ਼ ਕਰਿਆ ਜੇ, ਉਹਨਾਂ 'ਚੋਂ 80% ਅਨਪੜ੍ਹ ਨੇ, ਅਨਪੜ੍ਹ ਜੇ 10ਵੀਂ ਜਮਾਤ ਪਾਸ ਨੇ, 11ਵੀਂ ਜਮਾਤ ਪਾਸ ਨੇ ਜੀ। ਜੇ ਕਿਸੇ ਨੇ ਸਿੱਖ ਮਿਸ਼ਨਰੀ ਕਾਲਜ ਦੀ ਕੋਈ ਐਜੂਕੇਸ਼ਨ ਲਈ ਹੈ ਤਾਂ ਉਹਨੂੰ ਆਪਾਂ ਨੌਕਰੀ ਨਹੀਂ ਦਿੰਦੇ, ਅਤੇ ਨੌਕਰੀ ਕਿਉਂ ਨਹੀਂ ਦਿੰਦੇ ਪਏ? ਉਹਦਾ ਜਵਾਬ ਮੇਰੇ ਕੋਲ ਸਪਸ਼ਟ ਪੁੱਛਣਾ ਚਾਹੋ ਤਾਂ ਉਹਦੀ ਵਿਚਾਰ ਦੀ ਸਿਫਾਰਿਸ਼ ਕੋਈ ਨਹੀਂ ਹੁੰਦੀ, ਅਸਲ ਤਾਂ ਮਿਸ਼ਨਰੀ ਵਾਲੇ ਦੀ ਵਿਚਾਰ ਦੀ ਹੁੰਦੀ ਕੋਈ। ਚੱਲ ਜੇ ਰੱਖ ਵੀ ਲੈ, ਚਲੋ ਆਪਾਂ ਇਸ ਇਸ਼ੂ 'ਤੇ ਨਾ ਆਈਏ, ਇਹ ਬਹੁਤ ਵੱਡੀ ਗੱਲ, ਕੰਟਰੋਵਰਸ਼ਲ ਜੀ ਗੱਲ ਹੈ। ਜੇ ਕੋਈ ਪ੍ਰਚਾਰ ਰੱਖਦੇ ਹਾਂ ਤਾਂ ਫਿਰ ਆਪਾਂ ਉਹਨਾਂ ਦਾ ਰਿਵਿਊ ਨਹੀਂ ਕਰਦੇ, ਫਿਰ ਇਹ ਜੀ ਪ੍ਰਚਾਰਕ ਵੀ ਤਨਖਾਹਾਂ ਥੋੜ੍ਹੀਆਂ ਦਿੰਦੇ ਆਪਾਂ ਜੀ। ਵੈਸੇ ਗੱਲ ਤਾਂ ਹੈ ਕਿ ਸਿੱਖ ਕੌਮ ਨੂੰ ਆਪਣੇ ਟੀਚਰ ਅਤੇ ਆਪਣੇ ਪ੍ਰੀਚਰ ਨੂੰ ਆਪਣਾ ਸਤਿਕਾਰ ਦੇਣਾ ਚਾਹੀਦਾ। ਬੰਦਾ ਬਾਹਰ ਕਿਉਂ ਚੱਕੇਗਾ ਜਦੋਂ ਤਨਖਾਹ ਚੰਗੀ ਮਿਲਦੀ ਹੋਵੇਗੀ? ਤਾਂ ਜਦੋਂ ਇੱਕ ਆਪਾਂ ਟੀਚਰ ਨੂੰ ਤਨਖਾਹ ਚੰਗੀ ਦਿੰਦੇ ਹਾਂ ਤਾਂ ਉਹ ਫਿਰ ਟਿਊਸ਼ਨਾਂ ਨਹੀਂ ਕਰਦਾ, ਉਹ ਕਿਤੇ ਹੋਰ ਨਹੀਂ ਕੁਛ ਕਰਨ ਜਾਂਦਾ, ਕੁਦਰਤੀ ਗੱਲ ਹੈ। ਇਸੇ ਤਰ੍ਹਾਂ ਜੇ ਆਪਾਂ ਪ੍ਰੀਚਰ ਦਾ ਪੂਰਾ ਸਤਿਕਾਰ ਕਰੀਏ, ਉਹਨੂੰ ਤਨਖਾਹ ਵੀ ਚੰਗੀ ਦੇਈਏ, ਫਿਰ ਆਪਾਂ ਉਸ ਤੋਂ ਰਿਜ਼ਲਟ ਚੰਗੇ ਪਾਲੇ। ਨੰਬਰ 2, ਤੁਸੀਂ ਅੱਜ ਦਾ ਜ਼ਮਾਨਾ ਜਿਹੜਾ ਬੱਚਾ ਨਾ, ਅੱਜ ਦਾ ਜਿਹਦੀ ਸਿੱਖੀ 'ਚ ਪੁੰਗਰ ਦੇ ਵਿੱਚ ਆਉਂਦਾ ਬੰਦਾ, ਉਹ ਨਾ ਤਰਕ ਮੰਗਦਾ, ਤਰਕ ਹੁੰਦਾ ਦਲੀਲ, ਉਹ ਦਲੀਲ ਮੰਗਦਾ। ਉਹ ਕਹਿੰਦਾ ਇਹ ਗੱਲ ਕਿਉਂ ਹੈ, ਮੈਂ ਪਾਠ ਕਿਉਂ ਕਰਾਂ? ਮੇਰੀ ਮੋਟੀ ਜਿਹੀ ਗੱਲ ਹੈ ਪਰਚੰਦ ਸਿੰਘ ਜੀ, ਜਿਹੜੇ ਦਲੀਲ ਦੇਣ ਵਾਲੇ ਲੋਕ ਹੈ ਉਹਨਾਂ ਦੀ ਕੋਈ ਵਕਤ ਹੈਗੀ ਉੱਥੇ? ਮੈਂ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਇੱਕ ਮਿਸਾਲ ਅੱਜ ਦੇ ਸਕਦਾ, ਉਹ ਬਾ ਦਲੀਲ ਗੱਲ ਕਰਨ ਵਾਲੇ ਜਿਹੜੇ ਉਹ ਲੋਕ ਨੇ, ਅੱਜ ਸਰਬਜੀਤ ਸਿੰਘ ਧੁੰਦਾ ਹੋਰੀ ਨੇ, ਉਹਨਾਂ ਦੀ ਜੇ ਉਹ ਦਲੀਲ ਦੇ ਕੇ ਗੱਲ ਕਰਦੇ ਆ ਉਹ ਮਿਸ਼ਨਰੀ ਨੇ, ਉਹ ਕੱਟ ਦਿੱਤਾ ਜਾਂਦਾ ਜੀ। ਪੰਤਪ੍ਰੀਤ ਸਿੰਘ ਹੋਰੀ ਨੇ ਜੇ ਉਹ ਦਲੀਲ ਦੇ ਕੇ ਗੱਲ ਕਰਦੇ ਕੱਟ ਦਿੱਤੇ ਜਾਂਦੇ ਆ। ਈਵਨ ਹੁਣ ਨਵਾਂ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਜਿੰਨੀ ਦੇਰ ਤੱਕ ਤਾਂ ਉਹ ਸਾਖੀਆਂ ਸੁਣਾਉਂਦੇ ਰਹੇ, ਧਾਰਨਾ ਲਾਉਂਦੇ ਰਹੇ, ਉਹ ਠੀਕ ਸੀ। ਅੱਜ ਜੇ ਉਹ ਦਲੀਲ ਨਾਲ ਗੱਲ ਕਰਨ ਲੱਗੇ ਤਾਂ ਉਹ ਵੀ ਕੱਟੇ ਜਾ ਰਹੇ ਨੇ। ਉੱਥੇ ਦਲੀਲ ਵਾਲੇ ਬੰਦੇ ਦੀ ਵਕਤ ਹੈ? ਦੇਖੋ, ਗੱਲ ਇਹ ਹੈ ਕਿ ਦਲੀਲ ਵਾਲੇ ਬੰਦੇ ਦੀ ਵਕਤ ਸ਼੍ਰੋਮਣੀ ਕਮੇਟੀ ਨੂੰ ਪਾਸੇ ਰੱਖ ਦਿਓ, ਸਿੱਖ ਸੰਗਤ ਦੀ ਤਾਂ ਹੈ, ਇਹ ਤੁਸੀਂ ਮੰਨੋ ਨਾ। ਖਿਮਾ ਕਰਨਾ, ਮੈਂ ਢੱਡਰੀਆਂ ਵਾਲਿਆਂ ਨੂੰ ਕਦੀ ਮਿਲਿਆ ਵੀ ਨਹੀਂ, ਉਹਨਾਂ ਬਾਰੇ ਸੁਣਿਆ, ਉਹਨਾਂ ਦੀਆਂ ਸਪੀਚਾਂ ਯੂਟਿਊਬ 'ਤੇ ਵੀ ਸੁਣੀਆਂ ਨੇ, ਉਹਨਾਂ ਦੇ ਭਾਸ਼ਣ ਸੁਣੇ ਨੇ, ਕੀਰਤਨ ਵੀ ਸੁਣੇ ਨੇ, ਉਹਨਾਂ ਦੀ ਫੋਲੋਇੰਗ ਤਾਂ ਹੈ, ਇਹਦੇ 'ਚ ਕੋਈ ਸ਼ੱਕ ਤਾਂ ਨਹੀਂ ਹੈਗਾ ਇਹਦੇ 'ਚ ਆਪਾਂ ਨੂੰ ਕੋਈ। ਹੁਣ ਜੇ ਦਲੀਲ ਵਾਲਿਆਂ ਨੂੰ ਆਪਾਂ ਡਾਂਗ ਨਾਲ ਸੋਟੇ ਨਾਲ ਸੁੱਟੀ ਜਾਈਏ, ਜਾਂ ਆਪਣੇ ਹੁਕਮਨਾਮੇ ਦੇ ਕੇ ਉਹਨਾਂ ਨੂੰ ਪਾਸੇ ਕਰੀ ਛੱਡੀਏ, ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲ ਕੀਤੀ ਹੈ ਜੀ, ਮੇਰੀ ਗੱਲ ਨੂੰ ਇੱਕ ਮਿੰਟ ਹੋਰ ਸੁਣਿਆ ਜਾਏ ਧਿਆਨ ਨਾਲ। ਪ੍ਰੋਫੈਸਰ ਦਰਸ਼ਨ ਸਿੰਘ ਦੀ ਜਿੰਨੀ ਕੰਟਰੀਬਿਊਸ਼ਨ ਹੈ 1984 ਤੋਂ ਬਾਅਦ 1988 ਤੱਕ ਕੋਈ ਸੋਚ ਹੀ ਨਹੀਂ ਸਕਦਾ। ਪਰ ਉਹ ਪੰਥ ਚੋਂ ਚੱਕੇ, ਮੇਰੀ ਬੇਨਤੀ ਸੁਣੋ, ਅਤੇ ਜੇ ਤੁਸੀਂ ਇਹ ਗੱਲ, ਮੈਂ ਇੱਕ ਵਾਰੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਹੱਥ ਜੋੜ ਕੇ ਵੀ ਕਹੀ ਜੀ, ਮੈਂ ਉਹਨੂੰ ਇਹ ਬੇਨਤੀ ਕੀਤੀ ਕਿ ਸਿੰਘ ਸਾਹਿਬ, ਸਿਆਣਾ ਪ੍ਰਬੰਧਕ ਪਤਾ ਕੀ ਕਰਦਾ ਜੀ, ਜਿਹੜੇ ਪੁਰਾਣੇ ਪ੍ਰਬੰਧਕ ਉਹਨਾਂ ਨੂੰ ਕਦੀ ਕਦੀ ਬੁਲਾ ਲੈਂਦਾ ਹੈ, ਵਨ ਬਾਈ ਵਨ ਕਰਕੇ ਘਰੇ ਰੋਟੀ ਖਵਾ ਕੇ ਪਿਆਰ ਨਾਲ, ਉਹਨੇ ਵੀ ਤੁਹਾਡੇ ਵੇਲੇ ਕੀ ਤਕਲੀਫਾਂ ਆਈਆਂ ਸੀ, ਫਿਰ ਤੁਸੀਂ ਕਿਵੇਂ ਹੱਲ ਕੀਤੀਆਂ ਜੀ, ਰੋਟੀ ਦੇ ਉੱਤੇ ਹੀ, ਖਾਣੇ ਉੱਤੇ ਹੀ ਕਈ ਗੱਲਾਂ ਕਰ ਲਈ ਜੇ। ਤੁਸੀਂ ਸਾਰੇ ਪੁਰਾਣੇ ਸਿੰਘ ਸਾਹਿਬਾਨਾਂ ਨੂੰ ਹੌਲੀ ਹੌਲੀ ਨਾ ਆਪਣੇ ਘਰ 'ਚ ਬੁਲਾ ਲਓ ਇੱਕ ਦਿਹਾੜੀ, ਇੱਕ ਇੱਕ ਕਰਕੇ, ਅਤੇ ਉਹਨਾਂ ਕੋਲ ਪੁੱਛੋ। ਅਤੇ ਪ੍ਰੋਫੈਸਰ ਦਰਸ਼ਨ ਸਿੰਘ ਤਾਂ ਬੜੀ ਵੱਡੀ ਦੇਣ ਹੈ ਜਿਹੜੀ ਕੋਈ ਸੋਚ ਹੀ ਨਹੀਂ ਸਕਦਾ ਜੀ। ਜਿਸ ਵੇਲੇ ਕੌਮ 84 ਤੋਂ ਬਾਅਦ ਬਿਲਕੁਲ ਡਿੱਗੀ ਪਈ ਸੀਗੀ, ਉਸ ਬੰਦੇ ਨੇ ਕੌਮ ਖੜੀ ਕਰ ਦਿੱਤੀ, ਅਤੇ ਆਪਾਂ ਉਹਨਾਂ ਨੂੰ ਕੋਈ ਗੱਲ ਨਹੀਂ, ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਕੋਈ ਐਕਸਪਲੇਨੇਸ਼ਨ ਮੰਗੀ ਹੈ, ਜਵਾਬ ਤਲਬੀ ਮੰਗੀ ਹੈ, ਉਹ ਜਵਾਬ ਤਲਬੀ ਤੁਹਾਡੀ ਇੱਛਾ ਮੁਤਾਬਕ ਜਾਂ ਨਹੀਂ ਆਈ, ਜਾਂ ਤੁਹਾਨੂੰ ਪ੍ਰੈਸ਼ਰ ਹੈ, ਬੁਲਾ ਲਓ ਇੱਕ ਦਿਹਾੜੇ ਇੱਥੇ, ਕੋਈ ਗੱਲ ਨਹੀਂ ਹੁੰਦੀ। ਬੰਦਿਆਂ ਨੂੰ ਛੇਕ ਛੇਕ ਕੇ ਗੱਲ ਨਹੀਂ ਬਣਦੀ ਹੁੰਦੀ, ਬੰਦਿਆਂ ਨੂੰ ਜੋੜ ਜੋੜ ਕੇ ਗੱਲ ਬਣਦੀ ਹੁੰਦੀ ਹੈ। ਗੱਲ ਤਰਕ ਦੀ ਚੱਲੀ ਸੀ ਜੀ, ਕਿਹੜਾ ਚੰਗਾ ਤਰਕ ਦੇ ਦਿੰਦੇ ਤੁਸੀਂ ਸੋਚ ਸਕਦੇ ਹੋ। ਪ੍ਰੋਫੈਸਰ ਦਰਸ਼ਨ ਸਿੰਘ ਨੇ, ਮੈਂ ਆਪਣੀ ਕਿਤਾਬ ਵਿੱਚ ਵੀ ਇਹ ਗੱਲ ਲਿਖੀ ਹੈ, ਉਹਨਾਂ ਕਿਹਾ ਕਿ ਮੈਂ ਦਿੱਲੀ ਕੀਰਤਨ ਕਰ ਰਿਹਾ ਸੀ, ਕੀਰਤਨ ਕਰਨ ਤੋਂ ਮੇਰੀ, ਉਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਜੀ ਬੋਲੇ, ਉਸ ਲਈ ਚੀਫ ਮਿਨਿਸਟਰ ਪੰਜਾਬ ਦੇ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ, ਬਾਅਦ 'ਚ ਬਣੇ ਨੇ, ਉਹਨਾਂ ਕਿਹਾ ਕਿ ਸਿੱਖਾਂ ਨੂੰ ਦੇਸ਼ ਭਗਤ ਹੋਣਾ ਚਾਹੀਦਾ, ਕਿਤੇ ਉਹਨਾਂ ਨੇ ਗੱਲ ਕਹਿ ਦਿੱਤੀ ਜੀ, ਇਸ ਤਰ੍ਹਾਂ ਜੀ ਸਿੱਖਾਂ ਨਾਲ ਚੱਲਣਾ ਚਾਹੀਦਾ, ਜਿਵੇਂ ਗੱਲ ਕਰ ਨੋਰਮਲ ਗੱਲ ਕੀਤੀ।
ਬਹੁਤਾ ਇਰੀਟੇਟ ਕਰਨ ਵਾਲੀ ਨਹੀਂ, ਪਰ ਉਹਨਾਂ ਦੀ ਗੱਲ ਜ਼ਬਾਨ 'ਚੋਂ ਇਹ ਗੱਲ ਨਿਕਲੀ। ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਸ ਤੋਂ ਬਾਅਦ ਕਿਹਾ, ਅਸੀਂ ਦੇਸ਼ ਭਗਤ ਅਸੀਂ ਹਾਈਆਂ, ਅਸੀਂ ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਲੈਣਾ, ਅਤੇ ਜਿਹੜੀਆਂ ਜਿਹੜੀਆਂ ਅਸੀਂ ਕੁਰਬਾਨੀਆਂ ਕੀਤੀਆਂ ਨੇ, ਚਾਹੇ ਕਾਮ ਘਾਟਾ ਮਾਰੂ ਵੇਲੇ ਕੀਤੀਆਂ, ਚਾਹੇ ਆਜ਼ਾਦੀ ਦੇ ਇਤਿਹਾਸ ਕੀਤੀਆਂ, ਚਾਹੇ ਇੰਡੀਅਨ ਨੈਸ਼ਨਲ ਵੇਲੇ ਕੀਤੀਆਂ, ਚਾਹੇ ਜਲ੍ਹਿਆਂਵਾਲੇ ਬਾਗ ਵੇਲੇ ਕੀਤੀਆਂ ਨੇ, ਚਾਹੇ ਜੈਤੋ ਦੇ ਮੋਰਚਿਆਂ 'ਚ ਕੀਤੀਆਂ, ਚਾਹੇ ਨਨਕਾਣਾ ਸਾਹਿਬ ਦੇ ਮੋਰਚਿਆਂ 'ਚ ਕੀਤੀਆਂ ਨੇ, ਅਸੀਂ ਦੇਸ਼ ਪ੍ਰਸਤ ਹਾਂ, ਅਸੀਂ ਤੁਹਾਡੇ ਭਗਤ ਪ੍ਰਸਤ ਨਹੀਂ ਹੋ ਸਕਦੇ। ਅਤੇ ਇਹਦਾ ਮਤਲਬ ਇਹ ਹੈ ਜੀ, ਜਿਹੜੇ ਦਲੀਲ ਦੇਣ ਵਾਲੇ ਲੋਕ ਨੇ ਉਹ ਜਾਣ ਬੁੱਝ ਕੇ ਫਿਰ ਸਾਈਡਲਾਈਨ ਕਰ ਦਿੱਤੇ ਜਾਂਦੇ ਆ। ਇਹ ਤਾਂ ਨਹੀਂ ਕਹਿੰਦਾ ਕਿ ਜੀ ਜਾਣ ਬੁੱਝ ਕੇ, ਆਈ ਐਮ ਨੋਟ ਸਿਟਿੰਗ ਔਨ ਦੀ ਅਥਾਰਿਟੀ ਟੂ ਸੇ ਦੈਟ, ਪਰ ਗੱਲ ਹੈ ਕਿ ਜਿਹੜੇ ਪਾਰਟੀ ਦੇ ਪਰਵਾਨੇ ਬੰਦੇ ਨੇ, ਵੈਸੇ ਬੁਰਾ ਨਾ ਮੰਨਿਆ ਜੇ, ਇਹ ਗੱਲ ਹੋਰ ਮੈਂ ਸਪਸ਼ਟ ਹੀ ਕਰ ਦੇਵਾਂ, ਤੁਸੀਂ ਪੁੱਛੀ ਤਾਂ ਨਹੀਂ, ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਹੁੰਦੀ ਹੈ, ਇਹ ਵੀ ਕਿਹਨੇ ਬਣਾਈ ਹੁੰਦੀ ਹੈ? ਉਹ ਵੀ ਆਪਣੇ ਵੱਡੇ ਅਫਸਰਾਂ ਨੂੰ ਖੁਸ਼ੀ ਕਰਦੇ ਨੇ। ਸਿੱਧੀ ਸੋਚ, ਸਿੱਖੀ ਸੋਚ ਕਈ ਵਾਰੀ ਉਹ ਵੀ ਪਾਸੇ ਰੱਖ ਦਿੰਦੇ ਨੇ ਜੀ। ਆਪਾਂ ਗੱਲ ਸਮਝੀਏ ਨਾ ਜੀ, ਜੇ ਕਿਸੇ ਨੇ ਕੋਈ ਉੱਚੀ ਗੱਲ ਬੋਲੀ ਹੈ, ਤੁਹਾਨੂੰ ਨਹੀਂ ਪਸੰਦ ਆਈ, ਉਹ ਭਾਈ ਉਹਨੂੰ ਬੁਲਾ ਕੇ ਬੈਠ ਕੇ ਸਾਰਟ ਆਊਟ ਕਰ ਲਓ, ਐਡੀ ਕਿਹੜੀ ਗੱਲ ਹੈਗੀ ਹੈ? ਆਪਾਂ ਘਰਾਂ 'ਚ ਨਹੀਂ ਕਰਦੇ, ਪਰਿਵਾਰਾਂ ਦੀ ਨਾਰਾਜ਼ਗੀਆਂ ਨਹੀਂ ਹੁੰਦੀਆਂ, ਅਤੇ ਪਰਿਵਾਰਾਂ ਦੀ ਨਾਰਾਜ਼ਗੀ ਕਚਹਿਰੀ, ਜਿਹੜੇ ਮੂਰਖ ਪਰਿਵਾਰ ਹੀ ਕਚਹਿਰੀਆਂ ਜਾਂਦੇ ਨੇ, ਮੂਰਖ ਪਰਿਵਾਰ ਹੀ ਅਖਬਾਰਾਂ 'ਚ ਦਿੰਦੇ ਨੇ, ਪਾਗਲ ਪਰਿਵਾਰ ਹੀ ਕਤਲ ਕਰਦੇ ਨੇ, ਅਤੇ ਬਾਕੀ ਚੰਗ ਸਿਆਣੇ ਪਰਿਵਾਰ ਤਾਂ ਇਕੱਠੇ ਬਹਿ ਕੇ ਗੱਲ ਕਰ ਲੈਂਦੇ ਨੇ। ਅਤੇ ਜੇ ਪ੍ਰੋਫੈਸਰ ਦਰਸ਼ਨ ਸਿੰਘ ਹੈ ਜਾਂ ਪੰਥਪ੍ਰੀਤ ਸਿੰਘ ਹੋਰੀ ਨੇ, ਦਲਗੀਰ ਹੋਰੀ ਨੇ, ਈਵਨ ਜਿਹੜੇ ਤੁਹਾਡੇ ਆਰਟੀਕਲ ਛਾਪਦੇ ਸਪੋਕਸਮੈਨ ਵਾਲੇ ਨੇ ਜੀ, ਉਹ ਬੰਦੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਜੀ, ਤੁਸੀਂ ਹੈਰਾਨ ਹੋ ਗਏ, ਐਵੇਂ ਤੁਸੀਂ ਗੱਲ ਛੇੜ ਦਿੱਤੀ, ਫਿਰ ਤੁਸੀਂ ਮੈਨੂੰ ਚੁੰਡੀ ਲਾ ਦਿੱਤੀ ਹੈ। ਮੈਨੂੰ ਕਿਹਾ ਗਿਆ, ਮੇਰੇ ਬਾਰੇ ਲਿਖਿਆ ਗਿਆ ਪ੍ਰਧਾਨ ਨੂੰ ਚਿੱਠੀ ਆਈ ਕੰਪਲੇਂਟ, ਇਹ ਚੀਫ ਸੈਕਟਰੀ ਕਹਦਾ ਤੁਹਾਡਾ ਜੀ, ਇਹਦੇ ਆਰਟੀਕਲ ਤਾਂ ਜੀ ਸਪੋਕਸਮੈਨ ਛਪਦੇ ਨੇ ਜੀ। ਉਹ ਪੁੱਛੋ ਪੰਥਕ ਆਰਟੀਕਲ ਹੋਰ ਕਿਹੜੀ ਅਖਬਾਰ ਤੁਹਾਡੀ ਛਾਪਦੀ ਪਈ ਹੈ? ਕੋਈ ਛਾਪ ਨਹੀਂ ਰਹੀ। ਇਹ ਤੁਹਾਡੀ ਦੇਸ਼ ਭਗਤ ਛਾਪੂਗੀ? ਇਹ ਬਹੁਤ ਵੱਡਾ, ਮਾਫ ਕਰਨਾ। ਤੇ ਜੇ ਤੁਹਾਡਾ ਇੱਕ ਪੰਥਕ ਆਰਟੀਕਲ ਇੱਕ ਅਖਬਾਰ ਛਾਪਦੀ ਹੈ, ਤੇ ਜਿਸ ਬੰਦੇ ਨੂੰ ਤੁਸੀਂ ਛੇਕਿਆ ਉਹ ਛਾਪਦਾ ਪਿਆ ਤੁਹਾਡਾ, ਤੇ ਤੁਸੀਂ ਤਾਂ ਉਹਦੀ ਤਾਰੀਫ ਕਰੋ, ਛਾਪਣ ਵਾਲੇ ਦੀ ਵੀ, ਤੇ ਲਿਖਣ ਵਾਲੀ ਤਾਂ ਖੈਰ ਕਰੋ ਹੀ ਕਰੋ। ਉਹ ਸ਼ਿਕਾਇਤ ਆਈ ਜੀ, ਮੈਨੂੰ ਪ੍ਰਧਾਨ ਨੇ ਕਿਹਾ ਤੁਹਾਡੀ ਸ਼ਿਕਾਇਤ ਆਈ ਹੋਈ ਹੈ, ਬਡੂੰਗਰ ਸਾਹਿਬ ਨੇ ਕਿਹਾ ਤੁਹਾਡੀ ਸ਼ਿਕਾਇਤ ਆਈ ਹੋਈ। ਮੈਂ ਕਹਾਂ ਜੀ, ਮੈਂ ਕਿਹਾ ਚੰਗੀ ਗੱਲ ਹੈ ਜੀ, ਬਹੁਤ ਥੋੜ੍ਹੀਆਂ ਆਈਆਂ ਨੇ, ਇਹ ਤਾਂ ਇਹੋ ਜਿਹੀਆਂ 500-400 ਹੋਰ ਆਉਣੀਆਂ ਚਾਹੀਦੀਆਂ ਸੀਗੀਆਂ। ਕਹਿੰਦੇ ਤੁਸੀਂ ਤਾਂ ਬੜਾ ਚੰਗਾ ਲਿਖਦੇ ਹੋ। ਮੈਂ ਕਿਹਾ ਚਲੋ ਚੰਗਾ ਜਾਂ ਮੰਦਾ ਤਾਂ ਛੋੜੋ ਪਰੇ, ਪਰ ਮੈਂ ਤਾਂ ਲੋਕਾਂ ਦੀ ਸੋਚ ਅਤੇ ਸਮਝ 'ਤੇ ਹੈਰਾਨ ਹਾਂ। ਸੋ ਦੇ ਗੱਲ ਤੁਹਾਡੀ ਚੱਲੀ ਸੀ ਤਰਕ 'ਤੇ, ਦਲੀਲ 'ਤੇ। ਗੱਲ ਮੈਂ ਇਹ ਨਹੀਂ ਕਹਿੰਦਾ, ਦੁਆਲੇ ਦਲੀਲ ਕਰਨ ਵਾਲਾ ਬੰਦਾ ਕਈਆਂ ਨੂੰ ਪਸੰਦ ਨਹੀਂ, ਜਿਹੜੇ ਬੰਦੇ ਇਹਨਾਂ ਅਥੋਰਿਟੀ ਨੇ ਉਹਨਾਂ ਨੂੰ ਪਸੰਦ ਨਹੀਂ, ਐਗਜ਼ੈਕਟਿਵ ਨੂੰ ਕਿਸੇ ਨੇ ਪੁੱਛਣਾ ਨਹੀਂ। ਹੁਣ ਮੇਰੀ ਅਗਲਾ ਫਿਰ ਚਲਾਓ ਤਾਂ ਸਿਆਸਤ ਰਹੀ ਹੈ ਨਾ ਜੀ, ਇਹ ਤਾਂ ਮੰਨਦੇ ਹੋ ਤੁਸੀਂ, ਤੁਸੀਂ ਵੇਖ ਕੇ ਆਏ ਹੋ। ਇੱਕ ਲਾਈਨ ਲਿਖੀ ਹੈ ਜੀ, ਮੈਂ ਇੱਕ ਮੇਰੇ ਇੰਡੀਪੈਂਡੈਂਟ ਵਿਊ ਨੇ, ਮੇਰੇ ਇੰਡੀ ਜ਼ਾਤੀ ਵਿਊ ਨੇ, ਮੇਰੇ ਜ਼ਾਤੀ ਵਿਊ ਕਿਸੇ ਨੂੰ ਠੀਕ ਨਾ ਵੀ ਲੱਗਣ, ਕਹਿੰਦੇ ਬੜੀ ਸਿਆਸਤ ਧਰਮ ਵਿੱਚ ਅਤੇ ਮੀਰ ਬਣੇ ਹੁਣ ਪੀਰ, ਠੀਕ, ਅਤੇ ਟੁੱਟੇ ਹੋਏ ਪੰਜਾਬ ਦੇ ਤਾਂ ਸਿੱਖੀ ਲੀਰੋ ਲੀਰ। ਤੁਹਾਨੂੰ ਜਵਾਬ ਮਿਲ ਗਿਆ ਜੀ? ਬਿਲਕੁਲ ਬਿਲਕੁਲ। ਸਵਾਲ ਇਹ ਹੈਗਾ ਕਿ ਜਦੋਂ ਅਸੀਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਰਾਮ ਰਹੀਮ ਨੂੰ ਮਾਫ਼ ਕਰਦੇ ਹਾਂ, ਤੁਸੀਂ ਉਹ ਲੈਟਰ ਪੜ੍ਹਿਆ ਜਿਹੜਾ ਉਹਦਾ ਲੈਟਰ ਆਇਆ? ਬਿਲਕੁਲ। ਉਹ ਮੇਰੇ ਕੋਲ ਪਿਆ ਲੈਟਰ, ਮੈਂ ਸਿੰਘ ਸਾਹਿਬ ਨੂੰ ਪੁੱਛਿਆ ਵੀ ਆਹ ਲੈਟਰ ਤੁਸੀਂ ਮਾਫ਼ ਕਰ ਦਿੱਤਾ ਜ਼ਾਤੀ ਤੌਰ 'ਤੇ, ਮੇਰਾ ਬੜਾ ਪਿਆਰ ਹੈ ਉਹ ਨਾਲ ਜੀ। ਕਿਹਦੇ ਨਾਲ? ਸਿੰਘ ਸਾਹਿਬ ਨੂੰ। ਮੈਂ ਕਿਹਾ ਤੁਸੀਂ ਮਾਫ਼ ਕਰ ਦਿੱਤਾ, ਅਤੇ ਜਦੋਂ ਤੁਹਾਡਾ ਨਿਕਲਣਾ ਬਾਹਰ ਔਖਾ ਹੋ ਗਿਆ, ਸੰਗਤਾਂ ਦੇ ਰੋਹ, ਸੰਗਤਾਂ ਦੇ ਗੁੱਸੇ, ਤਾਂ ਤੁਸੀਂ ਵਾਪਸ ਲੈ ਲਿਆ ਹੈਗਾ? ਚਲੋ ਚੰਗਾ ਕੀਤਾ ਵਾਪਸ ਲੈ ਲਿਆ। ਮੈਂ ਤਾਂ ਕਹਿੰਦਾ ਗਲਤੀ ਕਰਕੇ ਗਲਤੀ ਵਾਪਸ ਲੈਣੀ ਮਾੜੀ ਗੱਲ ਨਹੀਂ, ਪਰ ਆਹ ਲੈਟਰ ਸੀ ਤੁਹਾਡਾ, ਅਤੇ ਫਿਰ ਮਾਫ਼ ਕਰਨਾ। ਸਿੱਖ ਸੰਗਤ ਨੇ ਜੇ ਤੁਸੀਂ ਇਹ ਕੰਮ ਕੀਤਾ ਤਾਂ ਤੁਹਾਨੂੰ ਉਹਦਾ ਜਵਾਬ ਉਹਨਾਂ ਨੇ ਪਿਛਲੀਆਂ ਇਲੈਕਸ਼ਨਾਂ 'ਚ ਦੇ ਦਿੱਤਾ ਹੈ। ਆਦਮੀ ਸਮਝ ਆਉਣੀ ਚਾਹੀਦੀ, ਰਾਈਟਿੰਗ ਦਾ ਬਾਲ ਹੈ। ਪੰਨੂ ਸਾਹਿਬ, ਜਿਹੜੀ ਗੱਲ ਤੁਸੀਂ ਨਹੀਂ ਪੁੱਛਦੇ ਪਏ, ਮੈਂ ਦੱਸਦਾ ਪਿਆ, ਜਿਸ ਦਿਨ ਸਾਡੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਪੰਜਾਬੀ ਪਾਰਟੀਆਂ ਮੋਗੇ ਵਾਲੀ ਰੈਲੀ 'ਚ, ਪੰਜਾਬੀ ਪਾਰਟੀਆਂ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੈ, ਸਿੱਖ ਉਸ ਵੇਲੇ ਹੌਲੀ ਹੌਲੀ ਪਾਸੇ ਆਉਣਾ ਸ਼ੁਰੂ ਹੋ ਗਿਆ। ਕਿਉਂ? ਕਿਉਂਕਿ ਸਿੱਖ ਇਹ ਮਹਿਸੂਸ ਕਰਦੇ ਸੀ ਕਿ ਸਾਡੀ ਨੁਮਾਇੰਦਾ ਜਥੇਬੰਦੀ ਇੱਕ ਸ਼੍ਰੋਮਣੀ ਅਕਾਲੀ ਦਲ ਹੈ, ਅਤੇ ਸਿੱਖ ਹੌਲੀ 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 ਪਾਸੇ ਆਉਣਾ ਸ਼ੁਰੂ ਹੋ ਗਿਆ। ਅਤੇ ਸਾਨੂੰ ਆਪਣਾ ਸਿੱਖੀ ਦਾ ਏਜੰਡਾ ਕਦੀ ਭੁੱਲਣਾ ਨਹੀਂ ਚਾਹੀਦਾ। ਇੱਥੇ ਗੱਲ ਹੋਰ ਬੜੀ ਜ਼ਰੂਰੀ ਹੈ। ਆਪਾਂ ਜੀ 1978 ਤੋਂ ਲੈ ਕੇ ਤਾਂ ਸਟਰਗਲ ਹੁੰਦੀ ਰਹੀ ਜੀ। ਧਰਮ ਜਦ ਮੋਰਚਾ ਲਗਾ, ਕਿਹਦੇ ਲਾਇਆ? ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਜੀ। ਸੰਤ ਜਰਨੈਲ ਸਿੰਘ ਹੋਰਾਂ ਦਾ ਮੋਰਚਾ ਤਾਂ ਖਤਮ ਹੋ ਗਿਆ ਜਦੋਂ ਬਾਬਾ ਅਮਰੀਕ ਸਿੰਘ ਰਿਹਾ ਹੋ ਗਿਆ। ਉਹਨਾਂ ਕਹਿੰਦੇ ਨਹੀਂ ਤੁਸੀਂ ਇੱਥੇ ਹੀ ਰਹੋ। ਮੈਂ ਸੰਤ ਜਰਨੈਲ ਸਿੰਘ ਹੋਰਾਂ ਨੂੰ ਮਿਲਦਾ ਰਿਹਾ ਜੀ, ਇੰਡੀਪੈਂਡੈਂਟ ਤੌਰ 'ਤੇ ਮਿਲਦਾ ਰਿਹਾ। ਉਹਨਾਂ ਕਹਿੰਦੇ ਤੁਸੀਂ ਇੱਥੇ ਹੀ ਰਹੋ ਜੀ। ਸੋ ਮੋਰਚਾ ਚੱਲਦਾ ਰਿਹਾ। ਅਸੀਂ ਧਰਮ ਯੁੱਧ ਮੋਰਚੇ ਦੇ ਵਿੱਚ ਅਕਾਲ ਤਖ਼ਤ ਸਾਹਮਣੇ ਉੱਚੀਆਂ ਉੱਚੀਆਂ ਬਾਹਾਂ ਕਰਕੇ ਅਸੀਂ ਸਹੁੰ ਖਾਧੀਆਂ ਜੀ।
ਠੀਕ ਮੁੜ ਕੇ ਨਿਕਲ ਵੀ ਗਏ ਲਓ ਜੀ ਮੈਂ ਉਹ ਵੀ ਚਲ ਛੋੜੋ ਮੈਂ ਉਸ ਪਾਸੇ ਨਹੀਂ ਜਾਂਦਾ ਜੀ ਉਹ ਹਾਲਾਤ ਐਸੇ ਹੋ ਗਏ ਕੋਈ ਮੈਂ ਤੁਹਾਨੂੰ ਐਕਚੁਅਲੀ ਥੋੜ੍ਹਾ ਹੋਰ ਪਿੱਛੇ ਲਿਜਾਣਾ ਚਾਹੁੰਦਾ ਜੀ ਇੱਕ ਬ੍ਰੇਕ ਤੋਂ ਬਾਅਦ ਮੈਂ ਲਿਜਾਣਾ ਚਾਹੁੰਦਾ ਜਿਹੜਾ ਪਹਿਲਾ ਮੋਰਚਾ ਲਾਇਆ ਜਿਹਨੂੰ ਸੂਬੀ ਬਣਾ ਲਿਆ ਅਸੀਂ ਅੱਜ ਨਾ ਸਾਡੇ ਕੋਲ ਇੰਡਸਟਰੀ ਰਹੀ ਨਾ ਸਾਡੇ ਕੋਲ ਜਿਹੜੇ ਟੂਰਿਸਟ ਪਲੇਸ ਸੀਗੇ ਜੀ ਉਹ ਰਹੇ ਉਹ ਵੀ ਅਕਾਲੀਆਂ ਨੇ ਮੋਰਚਾ ਲਾਇਆ ਸੀਗਾ ਹਰਚਰਨ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਜੀ ਸਾਬਕਾ ਚੀਫ ਸੈਕਟਰੀ ਨੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਥੋੜ੍ਹਾ ਡਿਫਰੈਂਟ ਵੇ ਦੇ ਨਾਲ ਜਿਹੜਾ ਜੀ ਉਹ ਜਾਣੋ ਕਿਉਂਕਿ ਮੇਰਾ ਨਹੀਂ ਖਿਆਲ ਕਿ ਇੰਨੀ ਖੁੱਲ੍ਹ ਕੇ ਜਿਹੜੀ ਇੰਟਰਵਿਊ ਕਿਸੇ ਜਗ੍ਹਾ ਦੇ ਉੱਤੇ ਹਰਚਰਨ ਸਿੰਘ ਜੀ ਨੇ ਜਿਹੜੀ ਆ ਜੀ ਉਹ ਦਿੱਤੀ ਹੋਊਗੀ ਕਿ ਐਕਚੁਅਲੀ ਰੀਅਲ ਦੇ ਵਿੱਚ ਉਹ ਹੈ ਕੀ ਕੰਟਰੋਵਰਸੀ ਕੀ ਸੀ ਉਹ ਕੀ ਨੇ ਇਸ ਦੇ ਬਾਰੇ ਦੇ ਵਿੱਚ ਔਰ ਪੰਜਾਬ ਦੇ ਜੋ ਮੌਜੂਦਾ ਹਾਲਾਤ ਅੱਜ ਬਣੇ ਆ ਅੱਜ ਜਿਹੜੇ ਤਰੀਕੇ ਦੇ ਨਾਲ ਲਾਸ਼ਾਂ ਜਿਹੜੀਆਂ ਜੀ ਉਹ ਡਿੱਗ ਰਹੀਆਂ ਨੇ ਗੱਲ ਉਹਨਾਂ ਦੀ ਠੀਕ ਹੈ ਕਿ ਜਿਹੜੇ ਪ੍ਰਚਾਰਕ ਨੇ ਉਹ ਲੋਕਾਂ ਦੇ ਵਿੱਚ ਫੇਮਸ ਨੇ ਕੁਛ ਜਿਹੜੇ ਜਿਨ੍ਹਾਂ ਦੇ ਜ਼ਿਕਰ ਉਹਨਾਂ ਨੇ ਕੀਤਾ ਪਰ ਕੀ ਰੀਜ਼ਨ ਹੈ ਅਸਰ ਉਹਨਾਂ ਦਾ ਵੀ ਨਹੀਂ ਹੋ ਰਿਹਾ ਕਹਾਣੀ ਉੱਥੇ ਹੀ ਜਿਹੜੀ ਆ ਜੀ ਉਹ ਖੜੀ ਆ ਮੈਂ ਇੱਕ ਵਾਰੀ ਜਸਵੰਤ ਸਿੰਘ ਜਫਰ ਜੀ ਨੇ ਸ਼ਾਇਦ ਉਹ ਲਿਖੀ ਸੀਗੀ ਲਾਈਨ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਨੁੱਕਰੇ ਬੀਜਿਆ ਸੀ ਪੂਰੀ ਦੁਨੀਆ 'ਚ ਉੱਗ ਪਿਆ ਅੱਜ ਪੂਰੀ ਦੁਨੀਆ 'ਚ ਬੀਜਿਆ ਜਾ ਰਿਹਾ ਨੁੱਕਰ 'ਚ ਵੀ ਉੱਗ ਨਹੀਂ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤ ਰਹੇ ਹਾਂ ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ ਸਾਡੇ ਨਾਲ ਮਹਿਮਾਨ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ ਹਰਚਰਨ ਸਿੰਘ ਜੀ ਜਿਹੜੇ ਕਿ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਮਹਿੰਗੇ ਚੀਫ ਸੈਕਟਰੀ ਉਹ ਪ੍ਰਚਾਰੇ ਜਾਂਦੇ ਸੀਗੇ ਕਿਹਾ ਜਿਹੜਾ ਜੀ ਉਹ ਜਾਂਦਾ ਸੀਗਾ ਇਹੀ ਚੀਜ਼ ਉਹਨਾਂ ਦੇ ਬਾਰੇ ਦੇ ਵਿੱਚ ਪ੍ਰਚਾਰੀ ਜਾਂਦੀ ਸੀ ਬਾਕੀ ਉੱਥੇ ਕੀ ਕੁਛ ਹੋਇਆ ਉਹਨਾਂ ਨੇ ਕੀ ਕੁਛ ਕੀਤਾ ਵੈਸੇ ਉਸ ਪਾਸੇ ਵੱਲ ਜੇ ਜਾਣਾ ਹੋਵੇ ਫਿਰ ਤਾਂ ਜਿਹੜਾ ਜੀ ਇੱਕ ਸੈਪਰੇਟ ਸ਼ੋਅ ਜਿਹੜਾ ਚਾਹੀਦਾ ਪਰ ਮੈਂ ਉਹਨਾਂ ਤੋਂ ਕੁਛ ਜਿਹੜੀਆਂ ਉਹ ਚੀਜ਼ਾਂ ਜਾਣਨੀਆਂ ਚਾਹੁੰਦੀ ਜਿਹੜੇ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ GST ਦਾ ਇਸ਼ੂ ਬੜਾ ਜਿਹੜਾ ਜੀ ਉਹ ਭਖਿਆ ਹੋਇਆ ਉਚੇਚੇ ਤੌਰ ਦੇ ਉੱਤੇ ਸੱਦ ਕੇ ਧੰਨਵਾਦ ਕੀਤਾ ਗਿਆ GST ਦੇ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਨੂੰ ਵੱਖਰੀ ਗੱਲ ਹੈ 90% ਕੁਰਬਾਨੀਆਂ ਜਿਨ੍ਹਾਂ ਲੋਕਾਂ ਦੀਆਂ ਨੇ ਉਸ ਤੋਂ ਬਾਅਦ ਜਿਹੜੇ ਉਹ ਪੱਗ ਬੰਨਣ ਵਾਲੇ ਨੇ ਜਿਨ੍ਹਾਂ ਦੀ ਪਗੜੀ ਮੈਂ ਨਹੀਂ ਬੰਨਦਾ ਪਰ ਸਾਡੇ ਬਜ਼ੁਰਗਾਂ ਦੀ ਹੈ ਅਸੀਂ ਉਹਨੂੰ ਬਿਲੋਂਗ ਕਰਦੇ ਹਾਂ ਸਾਡੇ ਮਨਾਂ ਦੇ ਵਿੱਚ ਉਸ ਚੀਜ਼ ਦਾ ਇੰਨਾ ਸਤਿਕਾਰ ਹੈ ਕਿ ਉਹਦੀ ਕੀ ਅਹਿਮੀਅਤ ਕੀ ਹੈ 90% ਜਿਹੜੀਆਂ ਕੁਰਬਾਨੀਆਂ ਵਾਲੇ ਸੀ ਉਹ 90 ਸਕਿੰਟ ਵੀ ਉਹ ਜਿਹੜੀ ਪੱਗ ਸੀ ਨਹੀਂ ਰੱਖੀ ਜਾ ਸਕੀ ਲੰਗਰ ਜਿਸ ਤਰੀਕੇ ਦੇ ਨਾਲ ਬੇਅਦਬੀ ਉਹਦੀ ਉੱਥੇ ਹੋਈ ਆ ਮਲੋਟ ਦੇ ਵਿੱਚ ਤੁਸੀਂ ਵੀਡੀਓਜ਼ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਦੇਖਿਆ ਮੈਂ ਇਹਦੇ ਬਾਰੇ ਤਾਂ ਹਰਚਰਨ ਸਿੰਘ ਜੀ ਤੁਹਾਡੇ ਤੋਂ ਨਹੀਂ ਪੁੱਛਣਾ ਪਰ ਮੈਂ ਤੁਹਾਡੇ ਤੋਂ GST ਵਾਲੇ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਜਾਣਨਾ ਚਾਹੁੰਦਾ ਬੰਡੂਗਰ ਸਾਹਿਬ ਨੇ ਇੱਕ ਤਾਂ ਪਟਿਆਲੇ ਦੇ ਵਿੱਚ ਜਿਹੜੀ ਗੱਲ ਆਖੀ ਸੀ ਇੱਕ ਜਿਹੜਾ ਪ੍ਰਾਈਵੇਟ ਸਮਾਗਮ 'ਚ ਬੋਲਦੇ ਹਾਂ ਕਿ ਜੇ GST ਉਦੋਂ ਅਜੇ ਪ੍ਰਧਾਨ ਸੀ ਉਹ ਕਹਿੰਦੇ GST ਮਾਫ਼ ਨਾ ਕੀਤੀ ਅਤੇ ਅਸੀਂ ਸੋਚਾਂਗੇ ਵੀ 24 ਘੰਟੇ ਚਲਾਉਣਾ ਲੰਗਰ ਕਿ ਨਹੀਂ ਇਹ ਗੱਲ ਤੁਸੀਂ ਆਪ ਸੁਣੀ ਹੈ ਜੀ ਵੈਸੇ ਮਾਫ਼ ਕਰਨਾ ਮੇਰੇ ਬਜ਼ੁਰਗ ਨੇ ਮੇਰੇ ਪ੍ਰਧਾਨ ਵੀ ਰਹੇ ਨੇ ਅਤੇ ਮੈਨੂੰ ਉਹਨਾਂ ਦਾ ਸਤਿਕਾਰ ਹੈ ਪਰ ਜੇ ਉਹਨਾਂ ਨੇ ਇਹ ਗੱਲ ਆਖੀ ਤਾਂ ਬੜੀ ਬਦਕਿਸਮਤੀ ਹੈ ਇਹ ਲੰਗਰ ਨਾ ਕਿਸੇ ਦੀ ਦਇਆ 'ਤੇ ਨਹੀਂ ਚੱਲਦਾ ਬਡੂੰਗਰ ਸਾਹਿਬ ਜੇ ਇਹਨਾਂ ਨੇ ਇਹ ਗੱਲ ਆਖੀ ਹੈ ਮੈਂ ਬਾਰ ਬਾਰ ਜੇ ਕਹਿ ਰਿਹਾ ਪਰ ਤੁਸੀਂ ਕਿਹਾ ਤਾਂ ਸੁਣੀ ਹੈ ਤੁਸੀਂ ਬਹੁਤ ਵੱਡਾ ਹਿੰਦੀ ਅਖਬਾਰ ਦਾ ਗਰੁੱਪ ਹੈ ਜੀ ਉਹਨੇ ਫਿਰ ਛਾਪੀ ਵੀ ਕੋਟ ਕਰਕੇ ਮੈਂ ਹੈਰਾਨ ਹਾਂ ਇਸ ਗੱਲ 'ਤੇ ਕਿ ਤੁਹਾਨੂੰ ਇੱਕ ਸਾਖੀ ਸੁਣਾਉਂਦਾ ਜੀ ਗੁਰੂ ਅਮਰਦਾਸ ਸਾਹਿਬ ਦੀ ਜੀ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਦੇ ਵਿੱਚ ਨਾ ਅਖਬਾਰ ਆਇਆ ਜੀ ਅਤੇ ਲੰਘ ਰਿਹਾ ਸੀ ਮਿਲਣ ਆਇਆ ਵੀ ਇੱਥੇ ਸਾਧੂ ਸੰਤ ਫਕੀਰ ਰਹਿੰਦੇ ਨੇ ਅਤੇ ਉਹ ਕਹਿੰਦੇ ਦਰਸ਼ਨ ਕਰ ਲੈਂਦੇ ਉਹ ਕਹਿੰਦੇ ਵੀ ਇਹ ਤਾਂ ਦੁਪਹਿਰ ਦਾ ਟਾਈਮ ਉਹਨੂੰ ਕਹੋ ਪਹਿਲਾਂ ਲੰਗਰ ਖਾ ਕੇ ਆ ਜਾਣ ਉਹ ਲੰਗਰ ਖਾ ਕੇ ਪੰਗਤ 'ਚ ਬੈਠ ਕੇ ਮੈਂ ਲੰਗਰ ਖਾਧਾ ਅਤੇ ਆਇਆ ਉਹਨਾਂ ਕੋਲ ਤਾਂ ਉਹ ਕਹਿਣ ਲੱਗਾ ਮੈਂ ਤੁਹਾਨੂੰ ਕੋਈ ਜਗੀਰ ਲਵਾ ਦੇਵਾਂ ਇਹ ਲੰਗਰ ਕਿਵੇਂ ਚੱਲਦਾ ਉਹ ਕਹਿੰਦਾ ਲੰਗਰ ਤੁਹਾਡੇ ਪੈਸੇ ਨਾਲ ਨਹੀਂ ਚੱਲਦਾ ਸੰਗਤ ਦੇ ਗੁਰੂ ਘਰ ਦਾ ਲੰਗਰ ਚੱਲਦਾ ਹੀ ਰਹਿੰਦਾ ਹੈਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਬੜੀ ਮਾੜੀ ਗੱਲ ਹੈ ਜੇ ਕਿਸੇ ਨੇ ਕਿਹਾ ਕਿ ਜੇ ਅਸੀਂ ਲੰਗਰ ਹੀ ਬੰਦ ਕਰ ਦਿਆਂਗੇ ਜਾਂ ਵੇਖਣਾ ਕਿੰਨੇ ਘੰਟੇ ਚਲਾਉਣਾ ਜੀ ਦਰਬਾਰ ਸਾਹਿਬ ਦਾ ਲੰਗਰ 24 ਘੰਟੇ ਚੱਲਦਾ ਤੁਸੀਂ ਹੈਰਾਨ ਹੋ ਗਏ ਜੀ ਮੈਂ 2 ਸਾਲ ਰਹਿ ਕੇ ਆਇਆ ਜੀ ਉੱਥੇ ਅਤੇ ਗਿਣਤੀ ਕੋਈ ਨਹੀਂ ਹੈਗੀ ਲੋਕ ਜੋ ਮਰਜ਼ੀ ਕਹੀ ਜਾਣ ਜੀ ਮੇਰਾ ਆਪਣਾ ਐਸਟੀਮੇਟ ਹੈ ਕਿ 1.5 ਲੱਖ ਬੰਦਾ ਐਤਵਾਰ ਨੂੰ ਲੰਗਰ ਖਾਂਦਾ ਉੱਥੇ ਜੀ ਵਾਰ ਤਿਉਹਾਰ ਨੂੰ 2-2 ਲੱਖ ਤੋਂ ਬੰਦਾ 2.5 ਲੱਖ ਤੋਂ ਬੰਦਾ ਖਾਂਦਾ ਸਾਰੀ ਦਿਹਾੜੀ ਨਾਰਮਲ ਡੇਜ਼ 60-65 ਹਜ਼ਾਰ ਤੋਂ 75 ਹਜ਼ਾਰ ਤੱਕ ਬੰਦਾ ਉੱਥੇ ਲੰਗਰ ਖਾਂਦਾ ਉੱਥੇ ਕਿਹੜਾ ਕੋਈ GST ਦੀ ਪਰਵਾਹ ਕਰਦਾ GST ਲੱਗੇ ਉਹ GST ਦਾ ਮਤਲਬ ਤਾਂ ਹੈ ਕਿ ਸਾਲ ਦਾ ਤੁਹਾਨੂੰ 8-9 ਕਰੋੜ 60 ਕਰੋੜ ਦੀ ਬੱਚਤ ਹੋ ਜਾਏਗੀ ਇਹੀ ਗੱਲ ਹੈ ਨਾ ਜੀ ਅਤੇ ਗੱਲ ਹੈਗੀ ਹੈ ਮੈਨੂੰ ਸਭ ਗੱਲ ਅੰਦਰ ਦੀ ਹੈ ਤੁਸੀਂ ਹੈਰਾਨ ਹੋਵੋਗੇ ਕਿ 16 ਹਜ਼ਾਰ ਕੁਇੰਟਲ ਆਟਾ ਲੱਗਦਾ ਉੱਥੇ ਜੀ ਸਾਲ ਦਾ ਜੀ ਚਾਵਲ ਅਲੱਗ ਜੀ 8 ਹਜ਼ਾਰ ਕੁਇੰਟਲ ਸਾਡਾ ਦਾਨ ਚ ਆਉਂਦਾ 8 ਹਜ਼ਾਰ ਕੁਇੰਟਲ ਦਾਨ ਚ ਆਉਂਦਾ 8 ਹਜ਼ਾਰ ਕੁਇੰਟਲ ਸਾਡੇ ਆਪਣੇ ਫਾਰਮਾਂ 'ਚ ਹੁੰਦਾ ਸਾਡੀ ਆਪਣੀ ਜ਼ਮੀਨਾਂ ਵੀ ਤਾਂ ਹੈਗੀਆਂ ਅੱਛਾ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਸ਼ਾਇਦ 10 ਰੁਪਏ ਦੀ ਵੀ ਕਣਕ ਨਹੀਂ ਖਰੀਦਣੀ ਪੈਂਦੀ ਜੀ ਕੀ ਬਾਤ ਅੱਛਾ ਦਰਬਾਰ ਸਾਹਿਬ ਵਾਸਤੇ ਦਾਲਾਂ ਲਈ ਦੀਆਂ ਨੇ ਚਾਵਲ ਵੀ ਖਰੀਦੀ ਦੇ ਲਈ ਤਾਂ ਬਾਕੀ ਸਮਾਨ ਤਾਂ ਲੈਣਾ ਹੀ ਹੁੰਦਾ ਜੀ ਮੇਰਾ ਮਤਲਬ ਹੈ ਜੇ 8 ਕਰੋੜ 7 ਕਰੋੜ ਆ ਗਿਆ ਵੇ ਤਾਂ ਬੜੀ ਅੱਛੀ ਗੱਲ ਹੈ ਸਾਡੇ ਚੰਗੇ ਕੰਮਾਂ 'ਤੇ ਹੋਰ ਖਰਚ ਹੋਊਗਾ ਔਰ ਕਮਾਲ ਦੀ ਗੱਲ ਹੈ ਕਿ ਉਸ ਤੋਂ ਪਹਿਲਾਂ ਸਾਨੂੰ ਪੰਜਾਬ ਵਿੱਚ ਸੇਲ ਟੈਕਸ 3 ਤਖਤਾਂ ਉੱਤੇ ਜਿੰਨੀ ਸਾਡੀ ਰਸਦ ਆਉਂਦੀ ਸੀ ਇਨਕਲੂਡਿੰਗ ਮਿਰਚ ਮਸਾਲਾ ਦਾਲ ਚੀਨੀ
ਸੁੱਕਾ ਦੁੱਧ ਸਾਡਾ ਸਾਰਾ ਫ੍ਰੀ ਸੀਗਾ ਤੇ ਉਸ ਵੇਲੇ ਪੁਰਾਣੀ ਸਰਕਾਰ ਨੇ ਕੀਤਾ ਸੀਗਾ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਹ ਜੀ ਐਸ ਟੀ ਦੀ ਗੱਲ ਚੱਲੀ ਪਈ ਉਹਨਾਂ ਨੇ ਕਹਿ ਤਾ ਮੈਂ 50% ਮਾਫ਼ ਕਰ ਦਿੰਦਾ ਜੀ। ਮੈਨੂੰ ਯਾਦ ਹੈ ਜੀ ਕਿ ਪਹਿਲਾ ਲੈਟਰ ਜੀ ਐਸ ਟੀ ਕੌਂਸਲ ਨੂੰ ਮੈਂ ਆਪ ਡਰਾਫਟ ਕਰਕੇ ਮੈਂ ਭੇਜਿਆ ਪ੍ਰਧਾਨ ਸਾਹਿਬ ਸਾਈਨ ਕਰਾ ਕੇ, ਦੂਜਾ ਲੈਟਰ ਜੇਤਲੀ ਸਾਹਿਬ ਨੂੰ ਮੈਂ ਆਪ ਭੇਜਿਆ, ਤੀਜਾ ਰਿਮਾਈਂਡਰ ਭੇਜਿਆ, ਚੌਥਾ ਬੀਬੀ ਹਰਸਿਮਰਤ ਨੂੰ ਦੀ ਕਾਪੀ ਭੇਜੀ ਵੀ ਜਾ ਕੇ ਤੂੰ ਮੈਟਰ ਟੇਕਅਪ ਕਰ ਲੈ। ਅਸੀਂ ਲੱਗੇ ਰਹੇ, ਅਖੀਰ ਜਿਹੜਾ ਇਹਨਾਂ ਨੇ ਪ੍ਰੀਤੀ ਭੋਜ ਦਾ ਹਿਸਾਬ ਬਣਾਇਆ ਕਿ ਤੁਸੀਂ ਆਪਣਾ ਰਿਫੰਡ ਲੈ ਲਓ, ਹਰ ਕੁਆਟਰ ਬਾਅਦ ਰਿਟਰਨ ਫਾਈਲ ਕਰ ਲਓ, ਤਾਂ ਮੇਰਾ ਖਿਆਲ ਹੈ ਉਹਨਾਂ ਨੇ ਸਭ ਨੂੰ ਇੱਕੋ ਰੱਸੀ ਟੰਗਿਆ। ਤੁਹਾਡੇ ਦਰਬਾਰ ਸਾਹਿਬ ਦੀ ਜਿਹੜੀ ਪਹਿਲੀ ਸਤਿਕਾਰ ਸੀ ਲੰਗਰ ਦਾ ਉਹ ਨਹੀਂ ਰੱਖਿਆ, ਪਊਗੀ ਤੁਹਾਨੂੰ ਕਲੇਮ ਲੈਣਾ ਪਊਗਾ ਵੀ ਜੀ ਮੈਂ ਇੰਨੀ ਪਰਚੇਜ਼ ਕੀਤੀ, ਆਹ ਮੇਰੇ ਰਿਟਰਨ, ਆਹ ਮੇਰੀਆਂ ਕਿਤਾਬਾਂ ਨੇ, ਜਿਵੇਂ ਇਨਕਮ ਟੈਕਸ ਦਾ ਰਿਫੰਡ ਲੈਣਾ ਚਾਹੀਦਾ ਜੀ, ਠੀਕ ਹੈ ਨਾ ਮੇਰੇ, ਜਾਂ ਸੇਲ ਟੈਕਸ ਦਾ ਰਿਫੰਡ ਲਈਦਾ ਜਾਂ ਫਾਲਤੂ ਦਿੱਤਾ ਗਿਆ ਤਾਂ। ਸੋ ਗੱਲ ਇਹ ਹੈ ਕਿ ਜੇ ਉਹ ਪੈਸੇ ਆ ਵੀ ਜਾਣ, 2-3-4-5-6 crore ਆ ਵੀ ਜਾਵੇ, ਤਾਂ ਮਾਫ਼ ਕਰਨਾ ਕੋਈ ਐਡੀ ਗਲਤ ਨਹੀਂ ਜਿਹਦਾ ਇਸ ਨੂੰ ਕਹਿਣਾ ਪਵੇ ਕਿ ਅਸੀਂ ਤਾਂ ਲੰਗਰ ਹੀ ਸ਼ਾਇਦ ਵੇਖਾਂਗੇ ਅਸੀਂ ਬੰਦ ਕਰ ਦਈਏ। ਕਿਉਂ ਬੰਦ ਕਰ ਦਈਏ? ਲੰਗਰ ਗੁਰੂ ਦਾ ਬੰਦ ਨਹੀਂ ਹੋ ਸਕਦਾ ਸਰ ਸਾਹਿਬ, ਭਾਵੇਂ ਇੱਥੇ ਕੋਈ ਪੈਸਾ ਦੇਵੇ ਤਾਂ ਭਾਵੇਂ ਨਾ ਦੇਵੇ, ਭਾਵੇਂ ਇੱਥੇ ਜੀ ਐਸ ਟੀ ਲੱਗੇ ਤਾਂ ਭਾਵੇਂ ਨਾ ਲੱਗੇ। ਮੈਂ ਇੱਕ ਅਖਬਾਰ 'ਚ ਪੜ੍ਹਿਆ, ਕਿਹਾ ਵੀ ਸਿੱਖ ਜੀ ਐਸ ਟੀ ਵਾਪਸੀ ਮੰਗਦੇ ਕਿਉਂ ਪੈਣਾ, ਸਿੱਖ ਕਹਿੰਦੇ ਭਿਖਾਰੀ ਹੋ ਗਏ ਨਾ, ਤਾਂ ਕੀ ਹੋਇਆ? ਕਸਮਾਂ ਨੂੰ ਖਾ ਗਈ ਸਰਕਾਰ, ਅੱਖਾਂ ਦਿਖਾਓ, ਪ੍ਰੋਟੈਸਟ ਜਰਾਜ ਕਰੋ। ਤੁਸੀਂ ਸਾਡੀ ਤਾਂ ਇੱਕ ਪ੍ਰੋਬਲਮ ਹੋ ਰਿਹਾ, ਹੁਣ ਫਿਰ ਮੈਂ ਪੋਲੀਟੀਕਲ ਗੱਲ ਕਰਨ ਲੱਗਾ ਇਹਦੇ ਵਿੱਚ, ਜੇ ਸਿੱਖਾਂ ਦੇ ਕਾਜ਼ ਦੀ ਕੋਈ ਗੱਲ ਨਹੀਂ ਹੁੰਦੀ, ਜੇ ਸ਼ਿਵ ਸੈਨਾ ਅੱਖਾਂ ਦਿਖਾ ਸਕਦੀ ਹੈ, ਤੇਲਗੂ ਦੇਸਮ ਪਾਰਟੀ ਅੱਖਾਂ ਦਿਖਾ ਸਕਦੀ ਹੈ, ਤਾਂ ਫਿਰ ਅਕਾਲੀ ਦਲ ਕਿਉਂ ਨਹੀਂ ਅੱਖਾਂ ਦਿਖਾ ਸਕਦਾ? ਦਿਖਾ ਦੇਵੇ, ਕੀ ਆਫਤ ਆ ਜਾਏਗੀ? ਇੱਕ ਵਜ਼ੀਰੀ ਛੱਡ ਦੇਣੀ ਪਵੇਗੀ, ਉਹ ਛੱਡ ਦਿਓ ਨਾ ਯਾਰ, ਉਹ ਸਿੱਖਿਆ ਵਾਲੇ ਪਾਸੇ ਤਾਂ ਤੁਰ ਪਈਏ ਨਾ ਆਪਾਂ ਇੱਕ ਦਿਹਾੜੇ, ਉਹਦੇ ਆਪਾਂ ਹਾਰ ਪਾਈ ਜਾਂਦੇ ਹਾਂ ਜੀ। ਬੜਾ ਮਿਹਰਬਾਨੀ ਕੀਤੀ, ਬੜੀ ਮਿਹਰਬਾਨੀ, ਆਹੀ ਮਿਹਰਬਾਨੀ ਕੀਤੀ ਕਿ ਰਿਫੰਡ ਲੈਣ, ਉਹਦੇ ਉਹ ਰਿਫੰਡ ਤਾਂ ਹਰ ਮੰਦਰ ਲੈ ਸਕਦਾ, ਯਾਦ ਰੱਖਿਆ ਜੇ, ਹਰ ਉਹ ਸਥਾਨ ਲੈ ਸਕਦਾ ਜਿੱਥੇ ਫ੍ਰੀ ਲੰਗਰ ਡਿਸਟ੍ਰੀਬਿਊਟ ਹੁੰਦਾ, ਉਹ ਵੀ ਲੈ ਸਕਦਾ ਜਿਹਨਾਂ ਨੂੰ ਅੱਗੇ ਐਗਜ਼ੰਪਸ਼ਨ ਨਹੀਂ ਸੀਗੀ, ਨਹੀਂ ਸੀਗੀ, ਉਹ ਵੀ ਵਿੱਚ ਆ ਗਏ ਉਹਦੇ, ਇਹ ਕਿਹੜੀ ਗੱਲ? ਉਹ ਤੁਹਾਡੇ 'ਤੇ ਕਿਹੜਾ ਵੱਖਰਾ ਅਸਾਨ ਚਾੜ ਦਿੱਤਾ ਤੁਸੀਂ? ਅਸੀਂ ਹਰ ਗੱਲ ਨੂੰ ਨਾ ਵੱਡਾ ਬਣਾ ਕੇ ਅਤੇ ਪੋਲੀਟੀਕਲ ਬਣਾ ਲੈਂਦੇ ਹਾਂ, ਉਹ ਬੱਲੇ 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 ਅਮਿਤ ਸ਼ਾਹ ਜੀ ਕਮਾਲ ਕਰਦੇ ਆਪ ਜੀ ਸਰ। ਪਿਛਲੇ ਦਿਨ ਹੁਣ ਮੁੱਖ ਮੰਤਰੀ ਜੀ ਅਪੀਲ ਕਰਦੇ ਆ, ਜਥੇਦਾਰ ਸਾਹਿਬ ਇੱਕ ਅਪੀਲ ਦਾ ਜਵਾਬ ਅਪੀਲ 'ਚ ਦੇ ਦਿੰਦੇ ਆ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਜਿਹੜਾ ਜੀ ਉਹ ਫਸ ਗਿਆ, ਇਸ ਕਰਕੇ ਹਰ ਵਿਅਕਤੀ ਜਿਹੜਾ ਜੀ ਉਹ ਜ਼ਿੰਮੇਵਾਰੀ ਸਮਝੇ। ਕੀ ਤੁਹਾਨੂੰ ਲੱਗਦਾ ਕਿ ਇੰਨਾ ਇਨਫ ਹੈ ਇੱਕ ਜਥੇਦਾਰ ਦੇ ਵੱਲੋਂ ਮਹਿਜ਼ ਇੱਕ ਅਪੀਲ ਦੇ ਜਵਾਬ ਜਿਹੜਾ ਅਪੀਲ ਦੇ ਵਿੱਚ ਦੇ ਦੇਣਾ? ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਤੁਹਾਡੀ ਇਸ ਗੱਲ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ। ਆਪਾਂ ਪਹਿਲਾਂ ਇਸ਼ੂ ਸ਼ੁਰੂ ਕੀਤਾ ਸੀ ਪ੍ਰਚਾਰ ਅਤੇ ਪ੍ਰਸਾਰ ਦਾ, ਵੀ ਸ਼੍ਰੋਮਣੀ ਕਮੇਟੀ ਦਾ ਫੰਕਸ਼ਨ ਹੈ। ਮੈਂ ਸਮਝਦਾ ਕਿ ਹਰ ਸਿੱਖ, ਹਰ ਮੈਂਬਰ ਸ਼੍ਰੋਮਣੀ ਕਮੇਟੀ ਦਾ, ਹਰ ਪ੍ਰਚਾਰਕ, ਹਰ ਗੁਰਸਿੱਖ ਇਹ ਕਵੇ ਕਿ ਮੈਂ 10 ਬੰਦਿਆਂ ਨੂੰ ਸਿੱਖੀ ਨਾਲ ਜੋੜਦਾ, ਇਹ ਤਾਂ ਕੁਲੈਕਟਿਵ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਜਥੇਦਾਰ ਸਾਹਿਬ ਦੀ ਇੱਕ ਅਪੀਲ ਤੋਂ ਬਾਅਦ ਉਹ ਕਵੇ ਨਹੀਂ ਮੈਂ ਤਾਂ ਆਪ ਥਾਂ ਥਾਂ 'ਤੇ ਜਾਊਂਗਾ ਜੀ, ਮੈਂ ਤਾਂ ਸਾਰੇ ਬੰਦਿਆਂ ਲੈ ਕੇ ਜਾਊਂਗਾ, ਅਸੀਂ ਜਥਾ ਬਣਾ ਕੇ ਤੁਰਾਂਗੇ ਜੀ, ਅਸੀਂ ਵੇਖਾਂਗੇ ਅਸੀਂ ਪਿੰਡ ਨਸ਼ਾ ਕਿਵੇਂ, ਅਸੀਂ ਲੋਕਾਂ ਨੂੰ ਹੱਥ ਵੀ ਜੋੜਾਂਗੇ, ਨਸ਼ਾ ਛੁਡਾਓ ਕੇਂਦਰ ਵੀ ਖੋਲ੍ਹਾਂਗੇ। ਉਹ ਸ਼੍ਰੋਮਣੀ ਕਮੇਟੀ ਕਵੇ ਅਸੀਂ ਨਸ਼ਾ ਛੁਡਾਓ ਕੇਂਦਰ 20-50 ਹੋਰ ਖੋਲ੍ਹ ਦੇਣ, ਐਡੀ ਕਿਹੜੀ ਗੱਲ ਆ ਗਈ? ਸਰਕਾਰ ਖੋਲ੍ਹਣਾ ਚਾਹੂਗੀ ਜੀ, ਗੁਰਦੁਆਰੇ ਦਰਵਾਜ਼ੇ ਖੋਲ੍ਹਦੇ, NGOs ਖੋਲ੍ਹਣਾ ਚਾਹੁੰਦੇ ਨੇ ਜੀ। ਸਵਾਲ ਇਹ ਹੈਗਾ ਇਸ ਗੱਲ ਦਾ, ਆਪਾਂ ਇਸ ਗੱਲ ਨੂੰ ਛੋਟੀ ਗੱਲ ਪਾਉਣ ਸਭ ਕਰਦੇ ਪਏ ਆਪਾਂ, ਵੀ ਹਾਂ ਜੀ ਇੰਨਾ ਕਿੰਨਾ ਫਾਇਆ ਨਹੀਂ, ਉਹਨਾਂ ਚਿੱਠੀ ਪਾਈ ਉਹਨਾਂ ਨੇ ਅੱਗੋਂ ਕਰ ਛੜੇ, ਉਹ ਕਾਰਵਾਈ ਨਾਲ ਕਾਰਵਾਈ ਹੁੰਦੀ ਪਈ ਹੈ। ਸਵਾਲ ਇਹ ਹੈਗਾ ਕਿ ਇਸ ਗੱਲ ਨੂੰ ਬੜਾ ਕੁਲੈਕਟਿਵ ਹੀ ਲੈਣਾ ਪਊਗਾ ਸਰਕਾਰ ਨੂੰ ਅਤੇ ਸੰਸਥਾਵਾਂ ਨੂੰ ਵੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇੰਨੇ ਗੁਰਦੁਆਰੇ ਨੇ, ਸਾਡੇ ਕੋਲ 79 ਗੁਰਦੁਆਰਿਆਂ ਦਾ ਡਾਇਰੈਕਟ ਕੰਟਰੋਲ ਹੈ, 337 ਗੁਰਦੁਆਰਿਆਂ ਦਾ ਇਨਡਾਇਰੈਕਟ ਕੰਟਰੋਲ ਹੈ ਜਿਹੜੀ ਲੋਕਲ ਕਮੇਟੀਆਂ ਨੇ, ਸੋ 450 ਤੁਹਾਡੇ ਕੋਲ ਗੁਰਦੁਆਰਾ ਜੀ, ਤੁਹਾਡੇ ਕੋਲ 69 ਸਕੂਲ ਹੈਗੇ ਜੀ, 39 ਤੁਹਾਡੇ ਕੋਲ ਕਾਲਜ ਨੇ, ਮਤਲਬ ਐਡਾ ਵੱਡਾ ਅਦਾਰਾ ਹੈ ਤੁਹਾਡੇ ਕੋਲ ਉੱਥੇ, ਕੋਈ ਐਡੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਸੰਭਾਲਣੇ ਲੱਗ ਪਈਏ। ਆਪਾਂ ਨੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਸਿੰਗਲ ਮਾਈਂਡਡ ਡਿਵੋਸ਼ਨ ਲੈ ਕੇ ਤੁਰ ਪਈਏ ਇਸ ਕੰਮ ਲਈ, ਇਹ ਕੰਮ ਹੋ ਸਕਦਾ ਹੈ, ਕੰਮ ਔਖਾ ਹੈ। ਜਿਹਨੂੰ ਨਸ਼ੇ ਦੀ ਰੋਜ਼ ਆਦਤ ਪੈ ਜਾਵੇ ਉਹ ਨਸ਼ਾ ਬੰਦ ਨਹੀਂ ਕਰਦਾ, ਆਪਾਂ ਨੂੰ ਪਤਾ ਹੀ ਹੈ, ਸ਼ਰਾਬੀ ਸ਼ਰਾਬ ਨਹੀਂ ਛੱਡਦਾ, ਫੀਮੀ ਫੀਮ ਨਹੀਂ ਛੱਡਦਾ, ਪੁੱਕੀ ਵਾਲਾ ਪੁੱਕੀ ਨਹੀਂ ਛੱਡਦਾ, ਚਟੇਲਾ ਚਟੇਲਾ ਨਹੀਂ ਛੱਡਦਾ, ਪਰ ਕੋਈ ਗੱਲ ਨਹੀਂ, ਜੇ ਸਪਲਾਈ ਲਾਈਨ ਵੀ ਬੰਦ ਹੋਵੇ ਉਸ 'ਤੇ ਸਰਕਾਰ ਕੰਟਰੋਲ ਕਰ ਸਕਦੀ ਹੈ। ਅਸੀਂ ਪ੍ਰਚਾਰ ਕਰੀਏ, ਗੁਰਸਿੱਖੀ ਦਾ ਪ੍ਰਚਾਰ ਕਰੀਏ। ਮਹਾਰਾਜ ਨੇ ਕੀ ਆਖਿਆ ਸੀ? ਵਰਜਿਤ ਕੀਤਾ ਸੀ ਨਾ ਕਿ ਨਸ਼ਾ ਨਹੀਂ ਕਰਨਾ, ਮਹਾਰਾਜ ਨੇ ਵਰਜਿਤ ਕੀਤਾ ਸੀ ਨਾ। ਆਪਾਂ ਉਸੇ ਗੱਲ 'ਤੇ ਲੈ ਕੇ ਤੁਰ ਪਈਏ ਕਿ ਤੁਸੀਂ ਗੁਰੂ ਦੇ ਸਿੱਖ ਨਹੀਂ ਹੈਗੇ ਜੇ ਤੁਸੀਂ ਨਸ਼ਾ ਕਰਦੇ ਹੋ, ਤਾਂ ਆਪਾਂ ਤਾਂ ਇਸ ਪਾਸੇ ਵੀ ਤੁਰਨਾ ਚਾਹੀਦਾ। ਇਸ ਪਾਸੇ ਹੌਲੀ ਹੌਲੀ ਮੇਰਾ ਖਿਆਲ ਹੈ ਹੋਰ ਸੋਝੀ ਆਉਣੀ ਸ਼ੁਰੂ ਹੋ ਜਾਏਗੀ, ਅਵੇਅਰਨੈਸ ਆ ਰਹੀ ਹੈ। ਜੋ ਮੈਂ ਮਹਿਸੂਸ ਕਰਦਾ ਲੱਗਦਾ ਕਿ ਜਿਹੜੀ ਹੁਣ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਯੂਨੀਵਰਸਿਟੀ ਆ, ਉਹ ਕਰੋੜ ਰੁਪਈਆ ਜਿਹੜੀ ਕਾਲਜ ਆ ਉਹਦੇ ਤੋਂ ਲੈ ਕੇ ਜਿਹੜਾ ਜੀ ਉਹ ਚੱਲ ਰਹੀ ਹੈ।
ਔਰ ਉਹਦੇ ਵਾਸਤੇ ਬੜੀਆਂ ਕੰਟਰੋਵਰਸੀ ਜਿਹੜੀਆਂ ਉਹ ਛਿੜੀਆਂ ਰਹਿੰਦੀਆਂ ਨੇ, ਆਹ ਹੋ ਗਿਆ ਜੀ, ਆਹ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਤੁਸੀਂ ਕਲੈਕਟਿਵਲੀ ਤਾਂ ਉਹ ਗੱਲ ਕਰ ਰਹੇ ਹੋ, ਜਿਹੜੇ ਇਹ ਅਕਸਰ ਜਿਹੜਾ ਜੀ ਦੋਸ਼ ਲੱਗਦੇ ਆ ਕਿ ਜਿਹੜੇ ਉੱਥੇ ਪ੍ਰਚਾਰਕ ਨੇ ਉਹ ਕਿਤੇ ਨਾ ਕਿਤੇ ਬੈਠੇ ਦਾਰੂ ਪੀ ਰਹੇ, ਉਹਦੀ ਵੀਡੀਓ ਵੀ ਜਿਹੜੀ ਉਹ ਆਈ, ਇਹ ਜਿਹੜੇ ਅਦਾਰੇ ਨੇ, ਵਿੱਦਿਅਕ ਅਦਾਰੇ ਨੇ, ਉਹ ਕਿੱਥੇ ਗਲਤੀ ਹੋ ਗਈ? ਅਸੀਂ ਜਿਹੜੇ ਕੌਮ ਹੈ ਉਹਦੇ ਵਿੱਚੋਂ IAS IPS ਆਫੀਸਰ ਜਿਹੜੇ ਨੇ ਉਹ ਕਿਉਂ ਨਹੀਂ ਪੈਦਾ ਕਰ ਸਕੇ ਜੀ? ਸਾਡੇ ਬੱਚੇ ਬੱਚੀਆਂ ਕਿਉਂ ਨਹੀਂ ਆਏ ਉਸ ਪਾਸੇ ਵੱਲ ਨੂੰ? ਅਸੀਂ ਇਸ ਤਰ੍ਹਾਂ ਦਾ ਅਦਾਰਾ ਕੋਈ ਵੀ ਖੜ੍ਹਾ ਨਹੀਂ ਕਰ ਸਕੇ ਜਿੱਥੋਂ ਅਸੀਂ ਇਹ ਆਫੀਸਰ ਜਿਹੜੇ ਸੀ ਉਹ ਕੱਢਦੇ। ਪੰਨੂ ਸਾਹਿਬ, ਜਿਹੜੀ ਤੁਸੀਂ 1 ਕਰੋੜ ਦੀ ਗੱਲ ਕੀਤੀ ਹੈ, ਕਿਹੜੇ ਕਾਲਜ ਤੋਂ 1 ਕਰੋੜ ਰੁਪਏ ਲੈਂਦੇ ਨੇ? ਮਾਤਾ ਗੁਜਰੀ ਕਾਲਜ ਤੋਂ। ਮੇਰੀ ਬੇਨਤੀ ਸੁਣੋ, ਤੁਹਾਡੀ ਇਨਫੋਰਮੇਸ਼ਨ ਠੀਕ ਨਹੀਂ ਹੈਗੀ। ਮੈਂ ਸ਼੍ਰੋਮਣੀ ਕਮੇਟੀ 'ਚ ਰਿਹਾ, ਸੋ ਮੇਰੀ ਇਨਫੋਰਮੇਸ਼ਨ ਜ਼ਿਆਦਾ ਅਥੈਂਟਿਕ ਸਮਝ ਲਓ, ਜਾਂ ਮੇਰੀ ਬੇਨਤੀ ਮੰਨ ਲਓ, ਆਪਣਾ ਜਵਾਬ ਦੇ ਦਿਓ। ਤੁਸੀਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਜਿਹੜੀ ਅਸਟੈਬਲਿਸ਼ ਕੀਤੀ ਗਈ ਸੀ ਉਹਦੇ ਕਈ ਪਰਪਸ ਸੀ, ਤੁਹਾਨੂੰ ਪਤਾ ਹੀ ਹੈ, ਆਪਾਂ ਉਹਨਾਂ ਵੀ ਡਿਟੇਲ 'ਚ ਅੱਜ ਨਾ ਜਾਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਈਆਂ ਸਾਲਾਂ ਤੋਂ ਹਰ ਸਾਲ ਇਹ ਬਿਲਡਿੰਗਾਂ ਬਣਾਉਣ ਤੋਂ ਬਾਅਦ ਹਰ ਸਾਲ 6 ਤੋਂ 8 ਕਰੋੜ ਰੁਪਇਆ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਆਪ ਦਿੰਦੀ ਹੈ। ਸਾਡੇ ਬਜਟ 'ਚ ਇਸ ਸਾਲ ਵੀ ਐਲੋਕੇਸ਼ਨ ਹੈਗੀ, ਠੀਕ। ਉਹ ਜੇ 1 ਕਰੋੜ ਰੁਪਇਆ ਉਹਨਾਂ ਨੇ ਲਿਆ, ਕੋਈ ਮੇਰਾ ਖਿਆਲ ਲਿਆ ਵੀ ਨਹੀਂ ਹੋਣਾ, ਜੇ ਲਿਆ ਤਾਂ ਉਹ ਵੀ ਥਰੂ SGPC ਦਾ ਹੀ ਪੈਸਾ ਹੈ। ਬਿਲਕੁਲ, ਉਹ ਤਾਂ ਅਦਾਰਾ ਤਾਂ SGPC ਦਾ ਹੀ ਹੈ, ਉਹ ਨਹੀਂ ਕੋਈ ਡਾਊਟ ਹੈਗਾ। ਨੰਬਰ 2, ਦੂਜੀ ਗੱਲ, ਜਿਹੜਾ ਤੁਹਾਡਾ ਸਵਾਲ ਹੈ ਇਹਦੇ ਬਾਰੇ, ਸ਼੍ਰੋਮਣੀ ਕਮੇਟੀ ਸੁਚੇਤ ਹੈ। ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੀ ਗੱਲ ਚੰਗੀ ਹੈ ਚੰਗੀ ਵੀ ਕਰਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਉੱਥੇ ਇੰਜੀਨੀਅਰਿੰਗ ਕਾਲਜ ਹੈ ਉਹਦੇ ਕੁਝ ਵਿੰਗ ਦੇ ਵਿੱਚ ਜਗ੍ਹਾ ਰੱਖ ਕੇ NDA ਦੇ ਬੱਚੇ ਤਿਆਰ ਕਰਨਾ ਸ਼ੁਰੂ ਕੀਤੇ ਨੇ, ਜਿਹੜੇ ਕਿ ਫੌਜ 'ਚ ਪੰਜਾਬੀ ਸਿੱਖ ਅਫਸਰ ਜਾਣਗੇ ਜੀ, ਕਿਉਂਕਿ ਸਾਡੀ ਨਫ਼ਰੀ ਬੜੀ ਘੱਟ ਰਹੀ ਹੈ ਸਿੱਖ ਅਫਸਰਾਂ ਦੀ, ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਸੋ ਅਸੀਂ ਉੱਥੇ ਬੱਚੇ ਤਿਆਰ ਕਰਦੇ ਪਏ ਹੈਗੇ ਹਾਂ ਜੀ, ਸਾਡੇ ਉੱਥੇ ਸਿਸਟਮ ਹੈਗਾ। ਦੂਜੀ ਗੱਲ, ਸਾਡੇ IPS ਅਤੇ ਸੈਂਟਰਲ ਸਰਵਿਸਿਜ਼ ਵਾਸਤੇ ਉੱਥੇ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਕੋਚਿੰਗ ਦਾ ਪ੍ਰਬੰਧ ਸ਼ੁਰੂ ਕੀਤਾ ਹੋਇਆ, ਪਰ ਹੋਰ ਹੀ ਕੰਮ ਕੀਤਾ ਕਿ ਜਿਹੜਾ ਬੰਦਾ ECS ਸਿੱਖ ਬੱਚਾ IAS IPS ਜਾਵੇ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ, ਪਰ ਇਹਦੀ ਗੱਲ ਦੇ ਤਾਂ ਉਹ ਆ ਜਾਵੇ ਤਾਂ ਹੀ ਦੇਵਾਂਗੇ ਨਾ। ਸਵਾਲ ਇਹ ਵੀ ਤਿਆਰ ਕਰਕੇ ਭੇਜੋ। ਪੰਨੂ ਸਾਹਿਬ, ਮੈਂ ਤੁਹਾਡਾ ਧਿਆਨ ਦੇਵਾਂਗਾ, ਜੰਮੂ ਐਂਡ ਕਸ਼ਮੀਰ ਦੇ ਵਿੱਚ 2016 ਦੇ ਬੈਚ 'ਚ ਇੱਕ ਮੁਸਲਮਾਨ ਮੁੰਡਾ UPSC 'ਚ ਫਸਟ ਆਇਆ। ਪਿੱਛੇ ਕੱਲ੍ਹ ਉਹਦੀ ਕੰਟਰੋਵਰਸੀ ਕਰ ਰਹੀ ਹੈ ਕਿ ਉਹਨੇ ਕੋਈ ਟਵੀਟ ਕੀਤਾ ਅਤੇ ਉਹ ਸ਼ਾਇਦ, ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਲੋਕਾਂ ਨੇ ਸੋਚ ਲੈਣੀ ਸ਼ੁਰੂ ਕਰ ਦਿੱਤੀ ਹੈ ਕਿ ਜੇ ਤੁਸੀਂ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਤੁਹਾਡਾ ਹੱਥ ਨਹੀਂ ਪੈਂਦਾ ਤਾਂ ਤੁਸੀਂ ਆਪਣੀ ਕੌਮ ਦਾ ਕੁਛ ਸਵਾਰ ਨਹੀਂ, ਕੁਛ ਨਹੀਂ ਕਰ ਸਕਦੇ। ਬੜੀ ਵੱਡੀ ਗੱਲ ਸੀ ਦੇਖ, ਇਹ ਗੱਲ ਦੀ ਸੋਚ ਸਾਨੂੰ ਬਹੁਤ ਸਾਲ ਪਹਿਲਾਂ ਆਉਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਨੇ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ, ਮੈਨੂੰ ਚੰਗਾ ਲੱਗਿਆ, ਸੋਚਣਾ ਤਾਂ ਸ਼ੁਰੂ ਕੀਤਾ ਜੀ। ਰਾਦਰ ਮੈਂ ਤਾਂ ਇਹ ਵੀ ਚਾਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚ ਪੁੱਛਿਆ ਜੇ, ਤੁਹਾਡੇ ਤਾਂ ਬਜ਼ੁਰਗ ਸਾਰੇ ਗੁਰਸਿੱਖ ਹੀ ਸੀਗੇ, ਗੁਰਸਿੱਖ ਮੁੰਡਿਆਂ ਨੂੰ ਕਹੋ ਕਿ ਜਾਓ ਇਹ ਤੁਹਾਨੂੰ ਪੈਸੇ ਫੜਾ, ਜਿਹੜੀ ਕੋਚਿੰਗ ਅਕੈਡਮੀ ਜਾਣਾ, ਜੇ ਅਸੀਂ ਕੋਚਿੰਗ ਅਕੈਡਮੀ ਦਿੱਲੀ ਜਾਓ, ਚਰਰਾਏ ਅਕੈਡਮੀ, ਦੂਜੀ ਅਕੈਡਮੀ, ਤੀਜੀ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਉਹ ਸਪੋਂਸਰ ਕਰ, ਸਪੋਂਸਰ ਕਰ, ਤਾਂ ਵੀ ਕੋਈ ਗੱਲ ਨਹੀਂ। ਇੱਥੋਂ ਆਪਾਂ ਜਿਹੜੇ ਜੀ, ਕਿਉਂਕਿ ਕੁਛ ਰਾਹ ਜਿਹੜੇ ਨੇ ਉਸ ਪਾਸੇ ਵੱਲ ਨੂੰ ਤੁਸੀਂ ਗੱਲ ਤੋਰੀ, ਆਪਾਂ ਲਾਸਟ ਸੈਗਮੈਂਟ ਦੇ ਵਿੱਚ ਹੋਣਾ ਕੀ ਆ, ਆਪਾਂ ਇਹਦੇ ਬਾਰੇ ਹੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਉਦੋਂ ਤੁਸੀਂ ਸ਼ੁਰੂਆਤ ਜਿਹੜੀ ਜੀ ਉਹ ਕਰ ਦਿੱਤੀ ਹੈ ਕਿ ਸਪੋਂਸਰ ਜਿਹੜੇ ਆ ਜੀ ਉਹ ਕਰਨੇ ਚਾਹੀਦੇ ਆ। ਇਹ ਨਹੀਂ ਹੈਗਾ ਕਿ ਇੰਟੈਲੀਜੈਂਟ ਬੱਚੇ ਨਹੀਂ ਹੈਗੇ, ਇੰਟੈਲੀਜੈਂਟ ਬੱਚੇ ਪਏ ਆ, ਲਾਈਨਾਂ ਜਿਹੜੀਆਂ ਉਹ ਲੱਗੀਆਂ ਪਈਆਂ ਨੇ। ਪਰ ਹਰਚੰਦ ਸਿੰਘ ਜੀ ਜਿਹੜੇ ਪਹਿਲਾਂ ਉਹ ਕਹਿ ਕੇ ਸਿਫਾਰਿਸ਼ ਨਹੀਂ ਹੁੰਦੀ ਉਹਨਾਂ ਦੀ, ਸਿਫਾਰਿਸ਼ ਜਿਹੜੀ ਆ ਉਹ ਤੋਂ ਬਿਨਾਂ ਕਿਵੇਂ ਜਿਹੜਾ ਜੀ ਇਹਨੂੰ ਕੀਤਾ ਜਾ ਸਕੇ? ਕੋਈ ਹੱਲ ਮੌਜੂਦ ਹੈ? ਸਾਡੇ ਬੱਚੇ ਬੱਚੀਆਂ ਬਹੁਤੇ ਬਾਹਰ ਚਲੇ ਗਏ, ਜਿਹੜੇ ਇੱਥੇ ਰਹਿ ਗਏ ਉਹਨਾਂ ਦੇ ਹਾਲਾਤ ਕੀ ਬਣੇ ਹੋਏ ਆ ਉਹ ਤੁਹਾਡੇ ਸਭ ਦੇ ਸਾਹਮਣੇ ਆ। ਰੋਜ਼ ਸਿਵੇ ਜਿਹੜੇ ਜੀ ਉਹ ਪਿੰਡਾਂ ਦੇ ਵਿੱਚ ਵੱਧ ਰਹੇ ਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਲਾਸਟ ਸੈਗਮੈਂਟ ਵੱਲ ਨੂੰ ਵਧਾਂਗੇ, ਔਰ ਸਾਡੇ ਮਹਿਮਾਨ ਨੇ ਜੀ ਹਰਚੰਦ ਸਿੰਘ ਜੀ, ਜਿਹੜੇ ਕਿ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ। ਹਰਚੰਦ ਸਿੰਘ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ, ਜਿਹੜੇ ਕਿ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਮੈਂ ਮੈਕਸੀਮਮ ਉਹਨਾਂ ਤੋਂ ਜਾਣਨਾ ਚਾਹੁੰਦਾ ਸੀ, ਮੈਨੂੰ ਲੱਗਦਾ ਕਿ ਇਨਫ ਸਮਾਂ ਨਹੀਂ ਹੈ, ਕਿਸੇ ਆਉਣ ਵਾਲੇ ਹਫ਼ਤਿਆਂ ਦੇ ਦੌਰਾਨ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਜ਼ਰੂਰ ਜਿਹੜਾ ਜੀ ਉਹ ਸੱਦਣਾ ਚਾਹੂੰਗਾ, ਹੋਰ ਵਿਸਤਾਰ ਦੇ ਵਿੱਚ ਜਿਹੜਾ ਜੀ ਉਹ ਜਾਣ ਦੇ ਵਾਸਤੇ, ਕਿਉਂਕਿ ਜਿਹੜੇ ਇੰਟਲੈਕਚੁਅਲ ਲੋਕ ਨੇ ਨਾ ਉਹਨਾਂ ਦੀ ਖਾਮੋਸ਼ੀ, ਮੈਂ ਅੱਜ ਸਵੇਰੇ ਹੀ ਸਟੇਟਸ ਜਿਹੜਾ ਜੀ ਉਹ ਪਾਇਆ, ਗੰਭੀਰ ਖਾਮੋਸ਼ੀ ਕੌਮਾਂ 'ਚ ਬੰਨ ਗਏ, ਗੰਭੀਰ ਖਾਮੋਸ਼ੀ ਜਿਹੜੀ ਆ ਉਹਨੇ ਬਹੁਤ ਨੁਕਸਾਨ ਜਿਹੜਾ ਜੀ ਉਹ ਕਰਤਾ। ਮੈਂ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਵਰਗੇ ਜਿਹੜੇ ਲੋਕ, ਜਿਹੜੇ ਉਹਨਾਂ ਕੋਲ ਦਲੀਲ ਐਸੀ ਸੀ, ਮੈਨੂੰ ਜੋ ਕੁਛ ਉਹਨਾਂ ਨੇ, ਜਿਵੇਂ ਹਰਚੰਦ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਕਿ 84 ਤੋਂ ਬਾਅਦ ਕੀਤਾ, ਕੋਈ ਇਸ ਤਰ੍ਹਾਂ ਦੀ ਉਹਦਾ ਨਹੀਂ ਹੋਣਾ ਜਿਹੜਾ ਕੀਰਤਨ ਜਿਹੜਾ ਉਹ ਨਹੀਂ ਸੁਣਿਆ, ਉਹਦੇ ਵਿੱਚੋਂ ਤੁਹਾਨੂੰ ਕੁਛ ਨਾ ਕੁਛ ਨਵਾਂ ਜਿਹੜਾ ਜੀ ਉਹ ਜ਼ਰੂਰ ਲੱਭਿਆ। ਤਸ਼ਬੀਹ ਜਿਹੜੀ ਦੇਣੀ, ਜਿਹੜਾ ਉਹ ਤਸ਼ਬੀਹ ਦੇ ਕੇ ਜਿਹੜੀ ਗੱਲ ਕਰਦੇ ਸੀ ਉਹਨੂੰ ਬਾ ਦਲੀਲ ਗੱਲ ਜਿਹੜੀ ਹੈ ਉਹ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਬ ਤੱਕ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ। ਸੁਣਨ ਦੀ ਗੱਲ ਵੱਧ ਹੈ,
ਕਹਿਣ ਦੀ ਗੱਲ ਜਿਹੜੀ ਉਹ ਘੱਟ ਹੈ, ਅੱਜ ਜਿਹੜੀ ਉਹ ਕਹਿਣ ਦੀ ਜ਼ਿਆਦਾ ਜਿਹੜੀ ਉਹ ਹੋ ਗਈ। ਹਰਚੰਦ ਸਿੰਘ ਜੀ, ਡੇਰੇ ਜਿਹੜੇ ਨੇ, ਡੇਰਿਆਂ ਦਾ ਬੜਾ ਜ਼ਿਕਰ ਚੱਲਦਾ, ਕਿੰਨੇ ਕੁ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਢਾਹ ਲਾਈ ਹੈ ਡੇਰਿਆਂ ਨੇ? ਦੇਖੋ ਬੇਨਤੀ ਹੈ ਜੀ ਪੰਨੂ ਸਾਹਿਬ, ਤੁਹਾਡੇ ਕੋਲ ਸਮਾਂ ਵੀ ਬੜਾ ਥੋੜ੍ਹਾ, ਇਹ ਡੇਰੇ ਬਾਹਰ ਆਇਆ ਕਿਉਂ ਹੈ, ਆਪਾਂ 2 ਮਿੰਟ ਉੱਥੇ ਲਾਈਏ। ਤੁਸੀਂ ਜਦੋਂ ਅਸੀਂ ਜਾਤੀ ਵਾਚ ਪੈ ਜਾਂਦੇ ਹਾਂ ਅਤੇ ਛੋਟੇ ਬੰਦੇ ਨੂੰ ਪ੍ਰਵਾਨਿਤ ਹੀ ਨਹੀਂ ਕਰਦੇ ਤਾਂ ਉਹ ਜੋ ਸਮਝਦੇ ਕਿ ਮੇਰਾ ਸਤਿਕਾਰ ਨਹੀਂ ਹੈਗਾ ਤਾਂ ਉਹ ਕਿੱਥੇ ਜਾਏਗਾ? ਧਿਆਨ ਰੱਖਿਆ ਜੀ, ਹੁਣ ਕ੍ਰਿਸਚੈਨਿਟੀ ਹਿੰਦੁਸਤਾਨ ਦੇ ਵਿੱਚ ਆਈ, ਕਿੰਨੇ ਕੁ ਬੰਦੇ ਆਏ ਸੀ ਹਿੰਦੁਸਤਾਨ 'ਚ ਉਹਨਾਂ ਨੇ ਰਾਜ ਸ਼ੁਰੂ ਕੀਤਾ ਜੀ, ਅਤੇ ਕ੍ਰਿਸਚੈਨਿਟੀ ਉਹਨਾਂ ਫੈਲਾਉਣੀ ਸ਼ੁਰੂ ਕਰ ਦਿੱਤੀ ਜੀ। ਗਰੀਬ ਗੁਰਬਾ ਜਿਹਨੂੰ ਇੱਜ਼ਤ ਆਪਣੇ ਧਰਮ ਵਿੱਚ ਨਹੀਂ ਮਿਲਦੀ ਉਹ ਧਰਮ ਪਰਿਵਰਤਨ ਕਰ ਲੈਂਦਾ ਜੀ। ਹੁਣ ਜਬਰੀ ਦੀਆਂ ਗੱਲਾਂ ਹੋਈਆਂ, ਹੁਣ ਛੱਡੀ ਆਪਾਂ ਗੱਲਾਂ ਨੂੰ। ਡੇਰਿਆਂ 'ਚ ਲੋਕ ਕਿਉਂ ਜਾਂਦੇ ਨੇ ਜੀ? ਜਦੋਂ ਛੋਟੀ ਜਾਤ ਪਿੰਡਾਂ 'ਚ ਰਹਿਣ, ਉੱਥੇ ਪਿੰਡਾਂ 'ਚ ਰਹਿਣ ਵਾਲੇ ਪੰਨੂ ਸਾਹਿਬ ਜੱਟ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਅਸੀਂ ਤਾਂ ਉਹਨਾਂ ਨੂੰ ਜੱਟ ਤਾਂ ਉਹਨਾਂ ਨੂੰ ਜਿੱਥੇ ਸੰਸਕਾਰ ਵਾਲਾ ਸਥਾਨ ਹੋ ਸੰਸਕਾਰ ਨਹੀਂ ਕਰਨ ਦਿੰਦੇ, ਅਸੀਂ ਧਰਮ ਸਮਝਦੇ ਹਾਂ, ਸਵੇਰੇ ਉੱਠ ਕੇ ਗਾਲਾਂ ਕੱਢਣੀਆਂ। ਇੱਕ ਮਿੰਟ ਜੀ, ਉਹਨਾਂ ਨੂੰ ਆਪਣੇ ਗੁਰਦੁਆਰਿਆਂ 'ਚੋਂ ਮਹਾਰਾਜ ਦਾ ਸਰੂਪ ਲਿਜਾਉਣ ਦੀ ਇਜਾਜ਼ਤ ਨਹੀਂ ਜੇ ਉਹਨਾਂ ਦੇ ਘਰ ਰੱਖਣਾ ਹੁੰਦਾ, ਆਪਾਂ ਗੱਲਾਂ ਕੀ ਕਰਦੇ ਹਾਂ? ਉਹ ਕਿੱਥੇ ਮਰਨਗੇ ਜਾਣਗੇ? ਉਹ ਫਿਰ ਤੁਹਾਨੂੰ ਚੜਾਉਣ ਖਾਤਰ ਦੂਜੇ ਪਾਸੇ ਵੀ ਜਾਂਦੇ ਨੇ। ਤੀਜੀ ਗੱਲ ਯਾਦ ਕਰਿਆ ਜੇ, ਵਿਆਨਾ ਦੇ ਵਿੱਚ ਇੱਕ ਡੇਰੇ ਦੇ ਮੁਖੀ ਦਾ ਉੱਥੇ ਕਤਲ ਹੋ ਗਿਆ ਵਿਆਨਾ 'ਚ ਜੀ, ਬਿਲਕੁਲ ਜਲੰਧਰ 'ਚ ਬੱਲਾਂ ਪਿੰਡ ਦੇ ਵਿੱਚ ਰੌਲਾ ਪੈ ਗਿਆ, ਜਲੰਧਰ 'ਚ ਸਾੜ ਫੂਕ ਸ਼ੁਰੂ ਹੋ ਗਈ, ਤੁਹਾਨੂੰ ਪਤਾ ਹੀ ਹੈ, ਕਰਫਿਊ ਲੱਗ ਗਿਆ। ਇਹ June 84 ਤੋਂ 4 ਮਈ ਦੀ ਗੱਲ ਹੈ ਤਕਰੀਬਨ, ਇਹ ਡੇਟ ਯਾਦ ਹੋਵੇ ਤਾਂ ਮੈਨੂੰ। ਅਸੀਂ ਉਹਨਾਂ ਨੂੰ ਪ੍ਰਵਾਨ ਹੀ ਨਹੀਂ ਕੀਤਾ, ਜਦੋਂ ਪ੍ਰਵਾਨ ਨਹੀਂ ਕੀਤਾ, ਅੱਜ ਵੀ ਕੋਈ ਛੋਟੀ ਜਾਤ ਦਾ ਬੰਦਾ ਸਰਦਾਰ ਦੇ ਸਾਹਮਣੇ ਬਹਿ ਸਕਦਾ? ਅੱਜ ਵੀ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੇ ਅਸੀਂ ਪ੍ਰਵਾਨ ਨਹੀਂ ਕੀਤਾ ਤਾਂ ਉਹ ਕਿੱਥੇ ਜਾਂਦਾ? ਉਹ ਜਾਂਦਾ ਉਹਨਾਂ ਡੇਰਿਆਂ 'ਚ ਜਿੱਥੇ ਉਹਨੂੰ ਠਾਰ ਮਿਲਦੀ ਹੈ। ਉਹ ਡੇਰੇ ਵਾਲੇ ਕੀ ਕਰਦੇ ਨੇ? ਉਹ ਡੇਰੇ ਵਾਲਿਆਂ ਨੇ ਡਿਸਪੈਂਸਰੀਆਂ ਵਿੱਚ ਲਾਈਆਂ ਟੁੱਟੀਆਂ ਭੱਜੀਆਂ, ਉਹ ਡੇਰੇ ਵਿਆਹ ਵੀ ਕਰਦੇ ਗਰੀਬਾਂ ਦੇ, ਪੈਸੇ ਵੀ ਦੇ ਦਿੰਦੇ ਨੇ, ਤੁਹਾਡੇ ਇਲਾਜ ਵੀ ਕਰਾ ਦਿੰਦੇ ਨੇ, ਅਤੇ ਜਿਹਦਾ ਮਾੜਾ ਮੋਟਾ ਕੰਮ ਹੋ ਜਾਏ ਤਾਂ ਬਾਬੇ ਕਹਿੰਦੇ ਵੀ ਸਿਰ 'ਤੇ ਹੱਥ ਰੱਖਿਆ, ਉਹ ਵੀਹਾਂ ਜਾ ਕੇ ਬੀਬੀ ਦੱਸਦੀ ਹੈ। ਅੱਛਾ, ਤੀਜੀ ਗੱਲ ਉਹ ਕਹਿੰਦੇ ਨਸ਼ਾ ਤਾਂ ਕਰੋ, ਉਹ ਬੀਬੀ ਨੂੰ ਇਹ ਗੱਲ ਬੜੀ ਪਸੰਦ ਆਉਂਦੀ ਹੈ, ਉਹ ਦੁਖੀ ਨੇ ਘਰੇ ਆਪਣੇ। ਹਰਚੰਦ ਸਿੰਘ ਜੀ, ਤੁਸੀਂ ਗੱਲ ਛੋਹ ਲਈ ਆ, ਉਹ ਸਿਰਸਾ ਦਾ ਵਿਵਾਦ ਹੋਇਆ, ਇੰਨਾ ਕੁਛ ਹੋਇਆ, ਜਥੇਦਾਰਾਂ ਚਿੱਠੀ ਲਿਖਤੀ, ਮਾਫ਼ੀ, ਉਹ ਤੁਸੀਂ ਸਾਰਾ ਕਲੀਅਰ ਕਰ ਚੁੱਕੇ ਹੋ। ਉਹਦਾ ਸਾਰਾ ਐਪੀਸੋਡ ਖਤਮ ਹੋਣ ਤੋਂ ਬਾਅਦ ਵੀ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਇੱਧਰ ਵਾਪਸ ਨਾ ਪਰਤਣਾ, ਕੀ ਇਹੀ ਰੀਜ਼ਨ ਜਿਹੜਾ ਤੁਸੀਂ ਦੱਸ ਰਹੇ ਹੋ? ਅਸੀਂ ਐਕਸੈਪਟ ਕਰਨ ਨੂੰ ਤਿਆਰ ਨਹੀਂ ਜੀ, ਮੇਰਾ ਮਤਲਬ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਪਏ। ਦੇਖੋ ਗੱਲ ਸੁਣੋ, ਤੁਹਾਡੇ ਕੋਲ ਬੜੀ ਬਣਾਈ ਗਰਾਊਂਡ ਸੀ, ਰਾਮ ਰਹੀ ਮੰਦਰ ਹੋ ਗਿਆ, ਉਹ ਸਾਡਾ ਸੈਕਸ਼ੂਅਲ ਅਸਾਲਟ, ਸੈਕਸ਼ੂਅਲ ਕੰਮ 'ਚ ਅੰਦਰ ਹੋ ਗਿਆ, ਸਾਡਾ ਬਦਮਾਸ਼ ਸੀ, ਗੁੰਡਾ ਸੀ, ਸੱਚੀ ਪੁੱਛੋ ਤਾਂ, ਔਰ ਉਹ ਅੰਦਰ ਹੋ ਗਿਆ। ਹੁਣ ਤੁਹਾਡੇ ਕੋਲ ਇੱਕ ਬਣੀ ਬਣਾਈ ਖਾਲੀ ਗਰਾਊਂਡ ਪਈ ਸੀ, ਉਸ ਗਰਾਊਂਡ ਨੂੰ ਲਿਆਉਣਾ ਚਾਹੀਦਾ ਸੀਗਾ, ਅਸੀਂ ਸੋਚਿਆ ਹੀ ਨਹੀਂ ਉਸ ਪਾਸੇ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਰਦਾਰ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਉਹਨਾਂ ਦੇ ਜਿਹੜੇ ਪਿਛਲੱਗ ਬਣ ਗਏ ਜਿਹੜੇ ਲੋਕ, ਇੱਕ ਤਾਂ ਕਾਸਟਿਜ਼ਮ, ਤੁਸੀਂ ਉਹ ਨਹੀਂ ਕਹਿੰਦੇ, ਮੈਂ ਕਹਿੰਦਾ ਜੱਟਵਾਦ ਨੇ ਬਹੁਤ ਨੁਕਸਾਨ ਕੀਤਾ ਜੀ, ਜੱਟਵਾਦ ਨੁਕਸਾਨ ਜਿਹੜਾ ਉਹ ਕਰ ਰਿਹਾ, ਅੱਜ ਵੀ ਕਰ ਰਿਹਾ ਜੀ, ਮੈਂ ਓਪਨਲੀ ਇਹ ਗੱਲ ਜਿਹੜੀ ਹਮੇਸ਼ਾ ਆਪਣੇ ਜਿੰਨੇ ਕਹਿੰਦਾ ਜਿਹੜਾ ਪੋਲੀਟੀਕਲ ਪਾਰਟੀਆਂ ਦਾ ਪਿਛਲੱਗ ਹੋ ਜਾਣਾ, ਇਹਨੇ ਕੌਮ ਦਾ, ਪੰਜਾਬੀਆਂ ਦਾ ਨੁਕਸਾਨ ਕੀਤਾ। ਦੇਖੋ ਦੋ ਗੱਲਾਂ ਜੀ ਇਸ ਗੱਲ ਦੇ ਵਿੱਚ, ਜਦੋਂ ਤੁਹਾਡੇ ਸਿੱਖੀ ਸੋਚ ਨਾ ਰਹੇ, ਚਾਹੇ ਉਹ ਸ਼ਹਿਰੀ ਸਿੱਖ ਦਾ ਕੋਈ ਲੀਡਰ ਹੋਵੇ ਜਾਂ ਜੱਟਾਂ ਦੀ ਪਾਰਟੀ ਦਾ ਕੋਈ ਲੀਡਰ ਹੋਵੇ ਸਾਡਾ, ਜਦੋਂ ਉਹਦੇ 'ਚ ਸਿੱਖੀ ਦੀ ਘਾਟ ਆਉਣੀ ਸ਼ੁਰੂ ਹੋ ਜਾਵੇ, ਮੇਰੀ ਗੱਲ ਜੀ ਬਹੁਤ, ਮੈਂ ਡੂੰਘੀ ਗੱਲ ਕਰਦਾ ਪਿਆ ਇਸ ਵੇਲੇ, ਜਦੋਂ ਤੁਹਾਡੇ ਮਨ 'ਚ ਸਿੱਖੀ ਨਾ ਰਹੇ ਨਾ ਜੀ, ਤਾਂ ਫਿਰ ਤੁਹਾਡੇ ਮੂੰਹ 'ਤੇ ਸਿੱਖੀ ਨਹੀਂ ਆਉਂਦੀ, ਯਾਦ ਰੱਖ। ਬਿਲਕੁਲ ਠੀਕ। ਜੇ ਮੂੰਹ 'ਚ ਸਿੱਖੀ ਨਹੀਂ ਆਉਂਦੀ ਤਾਂ ਫਿਰ ਪ੍ਰਚਾਰ ਨਹੀਂ ਹੁੰਦਾ, ਜਦੋਂ ਪ੍ਰਚਾਰ ਨਹੀਂ ਹੁੰਦਾ ਤਾਂ ਤੁਸੀਂ ਸਿੱਖੀ ਦਾ ਘਾਣ ਹੁੰਦਾ ਉਸ ਵੇਲੇ, ਯਾਦ ਰੱਖਿਆ ਜੀ। ਮੈਨੂੰ ਬੜਾ ਵਿਸ਼ਵਾਸ ਹੈ ਪੰਨੂ ਸਾਹਿਬ, ਆਪਾਂ ਆਪਣੇ ਡਿਬੇਟ 'ਚ ਗੱਲ ਕਰਦੇ ਪਏ, ਮੈਨੂੰ ਗੁਰੂ ਸਾਹਿਬ 'ਤੇ ਬੜਾ ਵਿਸ਼ਵਾਸ ਹੈ, ਇਹ ਗੁਰੂ ਦੇ ਖਾਲਸਾ ਪੰਥ ਇਹ ਡਿੱਗਣ ਲਈ ਨਹੀਂ ਸੀ ਬਣਿਆ, ਯਾਦ ਰੱਖਿਆ ਜੇ, ਔਰ ਡਿੱਗਦਾ ਵੀ ਨਹੀਂ ਜੇ, ਇਹ ਤਾਂ ਪੂਰੀ ਦੁਨੀਆ 'ਚ ਫੈਲ ਗਿਆ। ਨਹੀਂ ਜੀ, ਨਾਲੇ ਗੁਰੂ ਨੇ ਦੱਸ ਦਿੱਤਾ ਵੀ ਤੁਸੀਂ ਸਿੱਖੀ ਛੱਡੀ ਤਾਂ ਹੁਣ ਸਿੱਖ ਨੇ ਛੱਡ ਦੇਣਾ ਜੀ। ਮੈਂ ਵਾਰ ਵਾਰ ਕਹਿੰਦਾ, ਮੈਂ ਕਿਤੇ ਲਿਖਿਆ ਵੀ ਹੈ ਇਹ ਗੱਲ ਨੂੰ, ਕਿ ਉਹਨਾਂ ਲੀਡਰਾਂ ਦੀਆਂ ਫੋਟੋਆਂ ਬਾਜ਼ਾਰ 'ਚ ਵਿਕਦੀਆਂ ਨੇ ਜਿਹੜੇ ਆਪ ਨਹੀਂ ਵਿਕੇ ਹੁੰਦੇ, ਨਹੀਂ ਵਿਕਦੇ, ਬੜੀ ਮੋਟੀ ਜਿਹੀ ਗੱਲ ਹੈ, ਗੱਲ ਤਾਂ ਮੈਂ ਸਾਰੀ ਕਹਿ ਗਿਆ ਇਸ ਗੱਲ ਦੇ ਵਿੱਚ ਆ ਕੇ। ਆਪਾਂ ਸ਼ਡਿਊਲਡ ਕਾਸਟ ਨੂੰ, ਛੋਟੀ ਜਾਤ ਨੂੰ ਗਲੇ ਦੀ, ਕਦੀ ਪੰਜਾਬ ਦਾ ਕੋਈ ਜਥੇਦਾਰ, ਮਾਫ਼ ਕਰਨਾ ਸਿੰਘ ਸਾਹਿਬਾਨ, ਕੋਈ ਆਪਾਂ ਸ਼ਡਿਊਲਡ ਕਾਸਟ ਬਣਾਇਆ ਨਹੀਂ? ਕੀ ਅਕਾਲੀ ਦਲ ਦੀ ਹੋਂਦ ਤੁਸੀਂ ਦੇਖਦੇ ਹੋ ਕਿ ਉਹਦੀ ਹੋਂਦ ਕਾਇਮ ਰਹੂਗੀ ਆਉਣ ਵਾਲੇ ਸਮਾਂ ਦੇ ਦੌਰਾਨ? ਦੇਖੋ ਜੀ, ਅਕਾਲੀ ਦਲ ਦੀ ਹੋਂਦ ਤਾਂ ਕਾਇਮ ਰਹੇਗੀ, ਅਕਾਲੀ ਦਲ ਬਾਦਲ ਦੀ, ਚਲੋ ਤੁਸੀਂ ਇਹ ਪੋਲੀਟੀਕਲ ਗੱਲ ਮੇਰੇ ਕੋਲ ਕਰਦੇ ਹੋ, ਚੰਗਾ ਤਾਂ ਇਹ ਸੀ ਕਿਸੇ ਪੋਲੀਟੀਕਲ ਬੰਦੇ ਕੋਲ ਇਹ ਗੱਲ ਪੁੱਛੋ, ਪਰ ਕਿਉਂਕਿ ਤੁਹਾਡਾ ਸਵਾਲ ਹੈ ਤਾਂ ਮੈਂ ਸਵਾਲ ਤੋਂ ਭੱਜਦਾ ਨਹੀਂ ਕਦੀ ਵੀ। ਗੱਲ ਇਹ ਕਿ ਮੇਰਾ ਜ਼ਾਤੀ ਵਿਚਾਰ ਇਹ ਹੈ ਕਿ ਇਹਨਾਂ ਦੀ ਹੋਂਦ ਤਾਂ ਰਹੇਗੀ ਜੇ ਸਿੱਖੀ ਰੱਖਣਗੇ, ਜੇ ਸਿੱਖੀ ਦਾ ਸਿਰਫ ਦਿਖਾਵਾ ਕਰਕੇ ਕਹਿਣ ਰਹੇ ਤਾਂ ਲੋਕ ਜਾਗਰੂਕ ਨੇ ਸਰਦਾਰ ਸਾਹਿਬ, ਪੰਨੂ ਸਾਹਿਬ ਲੋਕ ਕੋਈ ਮੂਰਖਤਾ ਹੈ ਨਹੀਂ ਗੇ,
ਐਵੇਂ ਜੋਕਾਂ ਸਮਝ ਜਾਓਗੇ। ਜੇ ਸਿੱਖੀ ਛੱਡ ਦੇਣਗੇ ਸਿਰਫ ਦਿਖਾਵੇ ਜੋਗੀ ਰਹਿ ਜਾਏਗੀ ਤਾਂ ਲੋਕ ਇਹਨਾਂ ਨੂੰ ਛੱਡ ਜਾਣਗੇ। ਜੇ ਸਿੱਖੀ ਇਹ ਸੰਭਾਲ ਕੇ ਰੱਖਣਗੇ, ਇਹਨਾਂ ਕੋਲ ਔਰਗਨਾਈਜੇਸ਼ਨ ਵੀ ਹੈ, ਇਹਨਾਂ ਕੋਲ ਪੈਸਾ ਵੀ ਹੈ, ਇਹਨਾਂ ਕੋਲ ਸੋਚ ਵੀ ਹੈ, ਇਹਨਾਂ ਕੋਲ ਸਿਆਣਪ ਵੀ ਹੈ, ਔਰ ਇਹਨਾਂ ਕੋਲ ਤਜਰਬਾ ਵੀ ਹੈ। ਜਾਂਦੇ ਜਾਂਦੇ ਇੱਕ ਗੱਲ ਦਾ ਹੋਰ ਜਵਾਬ ਦੇ ਦਿਓ, ਬੜਾ ਜਿਹੜਾ ਨਹੀਂ ਕੋਈ ਗੱਲ ਹੋਵੇ ਅਸੀਂ ਥੋਪਦੇ RSS ਦੇ ਉੱਤੇ, RSS ਦੀ ਇਨਵੋਲਵਮੈਂਟ ਕਿੰਨੀ ਕੁ ਹੈ ਇਹਨਾਂ ਵੱਡੀਆਂ ਸੰਸਥਾਵਾਂ ਦੇ ਵਿੱਚ? ਤੁਸੀਂ ਅੰਦਰੋਂ ਜਾਣਦੇ ਹੋ ਹਰ ਚੀਜ਼। ਦੇਖੋ ਮੇਰੀ ਗੱਲ ਸੁਣੋ, RSS ਦੀ ਇਨਵੋਲਵਮੈਂਟ SGPC ਨਹੀਂ, ਮੇਰੀ ਗੱਲ ਨੋਟ ਕਰ ਲਓ, ਐਵੇਂ ਭੁਲੇਖਾ ਲੋਕਾਂ ਨੇ ਫਾਲਤੂ ਜੰਗਲਾਂ ਮਾਰਦੇ ਨੇ। ਤੁਸੀਂ ਜਦੋਂ ਸਾਡੇ ਵੱਡੇ ਲੀਡਰ ਇਹਨਾਂ ਨੂੰ ਸਿਰਪਾ ਅਤੇ ਹਾਰ ਪਾਈ ਜਾਂਦੇ ਨੇ ਜੀ, ਤਾਂ ਸਾਡਾ ਆਮ ਬੰਦਾ ਤਾਂ ਫਿਰ ਮਾਫ਼ ਕਰਾਂ ਹੱਥ ਜੋੜੀ ਜਾਂਦਾ RSS ਬੰਦੇ ਅੱਗੋਂ। ਤੁਸੀਂ ਦੱਸੋ ਕਿ ਇੰਨੇ ਨੇ ਵੱਡੇ ਲਿਖਿਆ ਗਿਆ ਕਿ ਜੀ ਅਸੀਂ ਮੁਲਕ ਨੂੰ ਹਿੰਦੂ ਬਣਾ ਦੇਣਾ, ਸਾਡੇ ਸਿੱਖ ਲੀਡਰ ਕਿਉਂ ਨਹੀਂ ਬੋਲਦੇ ਪੋਲੀਟੀਕਲ ਅਤੇ ਰਿਲੀਜੀਅਸ ਵੀ? ਚੱਲ ਪੋਲੀਟੀਕਲੀ ਤਾਂ ਕੋਈ ਕੰਪਲਸ਼ਨ ਹੋਣਗੇ, ਮਾੜਾ ਮੋਟਾ ਘੱਟ ਬੋਲਣਗੇ, ਕਿਉਂ? ਇਹ ਤੁਹਾਡੇ ਪਿਓ ਦਾ ਮੁਲਕ ਹੈਗਾ, ਸਾਡਾ ਵੀ ਉਹਨਾਂ ਮੁਲਕ ਹੈ, ਅਸੀਂ ਵੀ ਉਹਨਾਂ ਮਰੇ ਹੈਗੇ ਹਾਂ। ਮੈਂ ਬੜੇ ਆਰਟੀਕਲ ਲਿਖੇ ਕਿ ਅਸੀਂ ਹਿੰਦੂ ਨਹੀਂ, ਸਿੱਖ ਵੀ, ਸਿੱਖਾਂ ਦਾ ਵੀ ਇਹ ਦੇਸ਼ ਹੈ, ਐਂਡ ਮੈਂ ਸਾਬਤ ਕੀਤਾ ਦਲੀਲ ਦੇ ਕੇ, ਅਖਬਾਰਾਂ 'ਚ ਲਿਖਿਆ ਮੈਂ ਵੀ ਹੈ। ਸੋ ਗੱਲ ਇਹ ਹੈ ਕਿ ਸਾਡਾ ਅਸਰ ਡਿਪੈਂਡ ਕਰਦਾ ਅਸਰ ਕਬੂਲਦੇ ਕਿੰਨਾ ਹੋ। ਮੈਂ ਨਹੀਂ ਕਬੂਲਦਾ, ਤੁਸੀਂ ਸਮਝਾ। ਵੈਸੇ ਗੱਲ ਛੋਟੀ ਜਿਹੀ ਹੈ, ਬੀਜੂ ਪਟਨਾਇਕ ਤੁਹਾਡਾ ਅਸਰ ਕਬੂਲਦਾ ਪਿਆ? ਇਹਦਾ ਪੁੱਤਰ ਕਰਦਾ ਨਵੀਨ ਪਟਨਾਇਕ ਅਸਰ ਕਬੂਲਦਾ? ਤਾਂ ਤੇਲਗੂ ਦਸਮ ਵਾਲਾ ਤੁਹਾਡਾ ਅਸਰ ਕਬੂਲਦਾ ਪਿਆ ਅੱਜ? ਨਹੀਂ। ਅਤੇ ਜੇ ਤੁਸੀਂ ਅਸਰ ਕਬੂਲਦੇ ਹੋ ਤਾਂ ਤੁਹਾਡੇ 'ਚ ਵੜੀ ਜਾਣਗੇ। ਮੈਂ ਜੀ ਦੱਸਾਂ ਇੱਕ ਗੱਲ, ਮੈਨੂੰ ਇੱਕ ਬੜੇ ਵੱਡੇ ਲੀਡਰ ਨੇ, ਮੈਂ ਨਾਂ ਨਾ ਹੀ ਪੁੱਛੋ, ਉਹਨੇ ਮੈਨੂੰ ਟ੍ਰੇਨ ਦੇ ਸਫ਼ਰ 'ਚ ਕਿਹਾ, ਮੈਂ ਕਿਹਾ ਜੀ ਕੀ ਹਾਲ ਚਾਲ, ਬਹੁਤ ਵੱਡਾ ਲੀਡਰ ਸਾਡਾ, ਮੈਂ ਪੁੱਛਿਆ ਤੁਹਾਡਾ ਕੀ ਹਾਲ ਚਾਲ ਹੈ BJP ਅਟਲ ਬਿਹਾਰੀ ਵਾਜਪੇਈ ਵੇਲੇ? ਉਹ ਕਹਿੰਦੇ ਜੀ ਕੋਈ ਇੱਕ ਪੋਸਟ ਵੀ ਆਵੇ ਨਾ, ਪਹਿਲਾਂ ਉਹ ਰਾਸ਼ਟਰੀ ਸਿੱਖ ਸੰਗਤ ਦਾ ਬੰਦਾ ਬਣਾਉਂਦੇ ਨੇ, ਫਿਰ ਤੁਹਾਨੂੰ ਤਾਂ ਬਾਅਦ ਸੋਚਦੇ ਨੇ ਜੀ। ਇਹ ਸਾਡੀ ਵੇਲ ਹੈ ਜੀ, ਉਹ ਸਵਾਲ ਹੈ, ਉਹ ਤੁਹਾਨੂੰ ਨਾਲ ਨਾ ਲੱਗੇ, ਉਹ ਨਾਲ ਨਾ ਖੜੇ ਅਤੇ ਉਹ ਘੋੜੀ 'ਤੇ ਚੜੇ, ਸਾਡਾ ਤਾਂ ਹਾਲ ਹੀ ਹੋਇਆ ਪਿਆ, ਠੀਕ ਹੈ ਨਾ ਗੱਲ ਜੀ? ਅਸੀਂ ਕਹਿੰਦੇ ਵੀ ਨਹੀਂ ਜੀ ਸਾਡਾ ਤਾਂ 9 ਮਾਸ ਦਾ ਰਿਸ਼ਤਾ, 9 ਤੁਸੀਂ ਕਹਿੰਦੇ ਹੋ, ਉਹ ਤਾਂ ਨਹੀਂ ਕਹਿੰਦੇ। ਹਰਚਰਨ ਸਿੰਘ ਜੀ, ਇਹ ਜਦੋਂ ਮੋਰਚਾ ਲੱਗਿਆ ਧਰਮਯੁੱਧ ਮੋਰਚੇ ਦੀ ਤੁਸੀਂ ਗੱਲ ਛੋਹੀ ਵੀ ਸੀ, ਉਦੋਂ ਇੱਕ ਜਿਹੜੀਆਂ ਪ੍ਰਮੁੱਖ ਮੰਗਾਂ ਸੀਗੀਆਂ, ਚਲੋ ਅਨੰਦਪੁਰ ਦੇ ਮਤੇ ਦੇ ਬਾਰੇ ਤਾਂ ਬਹੁਤ ਡਿਬੇਟ ਦੀ ਲੋੜ ਹੈ, ਉਹ ਇੱਕ ਦੋ ਸੈਕਿੰਡ 'ਚ ਨਹੀਂ ਮੁੱਕਣਾ। ਇੱਕ ਉਹਦੇ ਵਿੱਚ ਮੰਗ ਸੀਗੀ ਟਰਾਂਸਮਿਸ਼ਨ ਦੀ, ਕਿ ਸਾਨੂੰ ਅਸੀਂ ਗੁਰਬਾਣੀ ਦਾ ਪ੍ਰਸਾਰ ਪ੍ਰਚਾਰ ਜਿਹੜਾ ਜੀ ਉਹ ਕਰਨਾ, ਸਾਨੂੰ ਟਰਾਂਸਮਿਸ਼ਨ ਚਾਹੀਦਾ। ਅੱਜ ਹਰ ਚੈਨਲ ਜਿਹੜਾ ਜੀ ਉੱਥੋਂ ਰਾਈਟ ਮੰਗ ਰਿਹਾ ਕਿ ਅਸੀਂ ਗੁਰਬਾਣੀ ਟੈਲੀਕਾਸਟ ਕਰਾਂਗੇ, ਉਹ ਹੁਣ ਦਿੱਤੇ ਨਹੀਂ ਜਾ ਰਹੇ। ਫਿਰ ਉਹ ਜਿਹੜਾ ਧਰਮਯੁੱਧ ਮੋਰਚੇ ਦੀਆਂ ਮੰਗਾਂ ਅਤੇ ਅੱਜ ਜਿਹੜਾ ਜੀ ਇਹ ਕਿੱਥੋਂ ਆ ਕੇ ਕਿੱਥੇ ਖੜੇ ਹੋ ਗਏ? ਬੇਨਤੀ ਹੈ ਜੀ, ਮੰਗਾਂ ਤਾਂ ਬੜੀਆਂ ਹੋਰ ਸੀਗੀਆਂ ਜੀ ਇਸ ਟੋਪਿਕ 'ਤੇ, ਅੱਧਾ ਮਿੰਟ ਲਾ ਕੇ ਤਾਂ ਗੱਲ ਮੁਕਾ ਦੇਣੀ ਤੁਹਾਡੀ, ਤੁਹਾਡਾ ਜਵਾਬ ਹੀ ਦੇ ਦੂੰਗਾ ਨਾਲ ਹੀ। ਕਹਿੰਦੇ ਹੈ ਕਿ ਧਰਮਯੁੱਧ ਮੋਰਚੇ ਦੀਆਂ ਮੰਗਾਂ ਤਾਂ ਬੜੀਆਂ ਸਿੰਪਲ ਸਾਧੀਆਂ, ਸਾਡਾ ਪੰਜਾਬੀ ਬੋਲੇ, ਇਲਾਕੇ ਮਿਲੋ, ਚੰਡੀਗੜ੍ਹ ਸਾਨੂੰ ਚਾਹੀਦਾ ਹੈ, ਪਾਣੀ ਦਾ ਠੀਕ ਨਿਰਣਾ ਨਾ ਹੋਵੇ, ਅਤੇ ਟਰਾਂਸਮਿਸ਼ਨ ਸਾਡੀ ਗੱਲ ਹੋਵੇ, ਅੰਮ੍ਰਿਤਸਰ ਇੱਕ ਹੋਲੀ ਸਿਟੀ ਡਿਕਲੇਅਰ ਕਰ ਦਿਓ, ਰਾਜਾਂ ਨੂੰ ਵਧ, ਹਾਈ ਗੱਲਾਂ ਸੀ ਅਤੇ ਰਾਜਾਂ ਵੱਧ ਅਧਿਕਾਰ ਜੀ। ਮੈਂ ਇਹ ਸਮਝਦਾ ਜੀ, ਰਾਜੀਵ ਗਾਂਧੀ ਨੇ ਲੌਂਗੋਵਾਲ ਅਕਾਰਡ ਵੇਲੇ ਮੰਨ ਲਿਆ, ਦਰਬਾਰ ਸਾਹਿਬ ਦਾ ਕੀਰਤਨ ਰਿਲੇਅ ਹੋਣਾ ਸ਼ੁਰੂ ਹੋ ਗਿਆ ਸੀ 9 ਜੂਨ 1984 ਤੋਂ, ਯਾਦ ਹੋਏਗਾ, ਠੀਕ ਹੈ ਜੀ ਗੱਲ ਮੇਰੀ ਗੱਲ ਜੀ, ਰੇਡੀਓ ਤੋਂ ਸ਼ੁਰੂ ਹੋ ਗਿਆ ਸੀ ਆਲ ਇੰਡੀਆ ਰੇਡੀਓ। ਅਤੇ ਕਹਿਣ ਦਾ ਮਤਲਬ ਇਹ ਕਿ ਸਾਡੀਆਂ ਉਹ ਮੰਗਾਂ ਕਿਤੇ ਮੰਨੀਆਂ ਗਈਆਂ? ਹਜ਼ਾਰਾਂ ਸਿੱਖ ਮਰ ਗਿਆ ਸਾਡੇ ਵਿਚਾਰੇ ਜੀ, ਪੁੱਛੇ ਨਹੀਂ ਕਿਸੇ, ਮੰਗੀਆਂ ਗਈਆਂ, ਮੰਨੀਆਂ ਗਈਆਂ ਕੋਈ ਨਾ? ਕਿੱਥੇ ਗਏ ਪੰਜਾਬੀ ਬੋਲੇ ਲਾ ਕੇ, ਕਿੱਥੇ ਗਏ ਚੰਡੀਗੜ੍ਹ, ਕਿੱਥੇ ਗਏ ਪਾਣੀ ਦਾ ਮਸਲਾ, ਮਾਫ਼ ਕਰਨਾ, ਕਿਹੜੀ ਗੱਲ ਮੰਨੀ ਗਈ ਸਾਡੀ ਜੀ? ਅਤੇ ਅਸੀਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਜੀ। ਇਹ ਗੱਲ ਰਹੀ ਤਾਂ ਟਰਾਂਸਮਿਸ਼ਨ ਵਾਲੀ, ਇਹ ਟਰਾਂਸਮਿਸ਼ਨ ਦੀ ਗੱਲ ਹੈ ਜੀ, ਪਹਿਲਾਂ ਕੋਈ ਚੈਨਲ ਸੀ, ਫਿਰ ਤੁਸੀਂ ਗੱਲ ਆਉਂਦੀ ਹੈ ਪੰਨੂ ਸਾਹਿਬ, ਜਦੋਂ ਸ਼੍ਰੋਮਣੀ ਕਮੇਟੀ ਕਿਸੇ ਇੱਕ ਚੈਨਲ ਨਾਲ ਐਗਰੀਮੈਂਟ ਕਰ ਲਵੇ, ਦੇਖੋ ਮੈਂ ਹੁਣ ਤੁਹਾਨੂੰ ਗੱਲ ਦੱਸਦਾ, ਬਿਲਕੁਲ ਆਪਣਾ ਟਾਈਮ ਹੋ ਗਿਆ, ਹਾਂ, ਜੇ ਚੈਨਲ ਐਗਰੀਮੈਂਟ ਕਰ ਲਵੇ ਤਾਂ ਐਗਰੀਮੈਂਟ ਬਾਈਂਡਿੰਗ ਹੈ ਤੁਹਾਡੇ ਦੋਵਾਂ ਪਾਰਟੀਆਂ 'ਤੇ, ਤਾਂ ਦੈਨ ਤੁਸੀਂ ਦੂਜੇ ਨੂੰ ਅਲਾਓ ਨਹੀਂ ਕਰਦੇ, ਦੈਟ ਇਜ਼ ਦੀ ਪ੍ਰੋਬਲਮ, ਸਾਡੀ ਇਸ਼ੂ ਇਹ ਹੈਗਾ। ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਔਰ ਬੜੀ ਬੇਵਾਕੀ ਦੇ ਨਾਲ ਤੁਸੀਂ ਜਿਹੜੇ ਜੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੀ ਤੁਹਾਡਾ। ਤੁਹਾਡੀ ਬਹੁਤ ਮਿਹਰਬਾਨੀ ਪੰਨੂ ਸਾਹਿਬ, ਥੈਂਕ ਯੂ, ਮਿਲਦੇ ਰਹਾਂਗੇ, ਬਹੁਤ ਧੰਨਵਾਦ ਜੀ, ਧੰਨਵਾਦ। ਚਰਨ ਸਿੰਘ ਜੀ ਜਿਹੜੇ ਕਿ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਮੀਦ ਹੈ ਕਿ ਕੁਝ ਉਹ ਚੀਜ਼ਾਂ ਜਿਹੜੀਆਂ ਰਿਊਮਰਸ ਦੇ ਰੂਪ ਦੇ ਵਿੱਚ ਤੁਸੀਂ ਜਿਹੜੀਆਂ ਉਹ ਪਹਿਲਾਂ ਸੁਣੀਆਂ ਹੋਣਗੀਆਂ, ਅੱਜ ਉਹਨਾਂ ਦੇ ਜ਼ਬਾਨੀ ਜਾਣ ਕੇ ਕੁਝ ਅਸਲੀਅਤ ਜਿਹੜੀ ਆ ਜੀ ਉਹਦੇ ਨੇੜੇ ਤੇੜੇ ਤੁਸੀਂ ਗਏ ਹੋਵੋਗੇ ਕਿ ਕੀ ਕਾਰਨ ਰਿਹਾ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਉਣ ਦਾ, ਕੀ ਕਾਰਨ ਰਿਹਾ ਚੁੱਪ ਕਰਕੇ ਉਹਨਾਂ ਦਾ ਜਿਹੜਾ ਜੀ ਉਹ ਸਾਈਡ ਲਾਈਨ ਹੋ ਜਾਣ ਦਾ, 100 ਹੱਥ ਰੱਸਾ ਸਿਰੇ 'ਤੇ ਗੰਢ ਜਿੱਥੋਂ ਉਹਨਾਂ ਨੇ ਸਟਾਰਟ ਕੀਤੀ ਸੀ ਕਿ ਉਹ ਕਹਿ ਕੇ ਲਿਆਏ ਸੀਗੇ ਕਿ ਇੱਕ ਪੜ੍ਹੇ ਲਿਖੇ ਵਿਅਕਤੀ ਦੀ ਜ਼ਰੂਰਤ ਹੈ, ਪਰ ਉਹ ਉੱਥੇ ਫਿੱਟ ਨਹੀਂ ਹੁੰਦਾ ਉਸ ਢਾਂਚੇ ਦੇ ਵਿੱਚ। ਪ੍ਰੋਗਰਾਮ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।